हाँ 10,000 हाँ चुप कर भाई गल सुन बेटा सूरज बांधा भाई जी मैंने सारे तंग कर दिया कुछ नु दसदा पिया वही हस पिया कि क्यों तंग कर दिया नहीं तुसी गोल गप्पे लिखे ना तेरे गोल गप्पे पैने आ कराउने बंद नहीं तू तिखा तिखा बोले जट पुछो ना क्या कि मैं मतलब गल किथों आई माइंड में ना वीर नु गल की ही सारी कहानी पुछो हां जी किदा सारे बर्थडे आ रहा अपना गिफ्टां लिखे चलना करे ओ पैसे सीधे अकाउंट ची पा दो गिफ्ट में आपके ले लेने हैं नाले आ जाओ फिर कर दे पार्ट मुबारक तेनू मेरे वल्लों लव चनन के लखा वे हैप्पी बर्थडे जट्टा 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 वे गाने तो चलो तन्नू मैं सीधी जी गल दादा ओदा साडे को ना बजट नहीं सीगा गाने ਗਾਣਿਆਂ ਦੇ ਵੀਰੇ ਪੈਸੇ ਅਸੀਂ ਲਾ ਲਏ ਸੀਗੇ ਪਹਿਲੇ ਦੂਸਰੇ ਗਾਣੇ ਜਿਹੜੇ ਸਾਡੇ ਹਨਾ ਆਉਣੇ ਸੀ ਉਹਨਾਂ ਦੇ ਪੈਸੇ ਲਾ ਚੁੱਕੇ ਸੀਗੇ ਤੇ ਜਦੋਂ ਬੇਬੇ ਗਾਣਾ ਆਪਾਂ ਵਾਇਰਲ ਕੀਤਾ ਉਹ ਵਾਇਰਲ ਹੁੰਦਾ 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 ਨਾਮੀ ਆਰਟਿਸਟ ਆ ਵਧਿਆ ਆਪਣੇ ਭਰਾ ਉਹਨਾਂ ਨੇ ਸ਼ੇਅਰ ਕੀਤਾ ਗਾਣਾ ਅਤੇ ਬੜੀ ਖੁਸ਼ੀ ਮਿਲੀ ਅਤੇ ਆਪਾਂ ਸੋਚਿਆ ਵੀ ਆਹ ਗਾਣਾ ਯਾਰ ਵਧੀਆ ਚੱਲਦਾ ਪਿਆ ਵੀ ਆਪਾਂ ਬਾਕੀ ਕੰਮ ਬੰਦ ਕਰੀਏ ਅਤੇ ਆਹ ਗਾਣੇ ਵੱਲ ਫੋਕਸ ਦਈਏ ਅਤੇ ਜਿੰਨੀ ਵੀ ਆਪਣੇ ਕੋਲ ਇਨਵੈਸਟ ਸੀਗੀ ਨਾ ਕੋਈ ਵੀਰਾਂ ਨੂੰ ਕਈਆਂ ਨੂੰ ਕੰਮ ਕਰਨ ਦੀ ਇੱਛਾ ਹੁੰਦੀ ਆ ਮਾਡਲਿੰਗ ਕਰਨ ਦੀ ਹੈ ਨਾ ਉਹਨਾਂ ਤੋਂ ਚਲੋ ਪੈਸੇ ਲਵਾਏ ਆਪਾਂ ਰਲ ਮਿਲ ਕੇ ਇੱਕ ਕ੍ਰੈਡਿਟ ਉਹਨਾਂ ਨੂੰ ਪੂਰਾ ਦੇ ਦਿੱਤਾ ਵੀ ਕੱਲ੍ਹ ਨੂੰ ਬੰਦਾ ਕਹੇ ਨਾ ਯਾਰ ਮੈਂ ਪੈਸਾ ਲਾਇਆ ਇਹ ਬੰਦੇ ਇੱਦਾਂ ਕਰਕੇ ਇੱਦਾਂ ਕਰਕੇ ਹੈ ਨਾ ਵੀ ਆਹ ਚੱਕਰ 'ਚ ਆਪਾਂ ਥੋੜ੍ਹਾ ਪਿੱਛੇ ਰਹਿ ਗਏ ਜਿਹਦੀ ਫੇਸ ਵੈਲਿਊ ਹੁੰਦੀ ਹੈ ਉਹਦੀ ਕਦਰ ਪੈਰੀ ਹੁੰਦੀ ਹੈ ਹਾਲਾਂਕਿ ਤੁਸੀਂ ਗਾਣਾ ਕੀਤਾ ਬੇਬੇ ਬਾਪੂ ਹੈ ਨਾ ਗਾਣਾ ਸਭ ਨੇ ਸੁਣਿਆ ਪਰ ਫੇਸ ਵੈਲਿਊ ਵਾਲੇ ਬੰਦੇ ਦੀ ਪਛਾਣ ਹੈਗੀ ਹੈ ਪਰ ਜਿਹਨੇ ਗਾਇਆ ਉਹਦੀ ਪਛਾਣ ਨਹੀਂ ਹੈ ਲੋਕਾਂ ਨੂੰ ਇੱਦਾਂ ਕਿਉਂ ਮਿਊਜ਼ਿਕ ਡਾਇਰੈਕਟਰ ਦੀ ਕਿਉਂ ਨਹੀਂ ਪੈਂਦੀ ਪਛਾਣ ਹਾਲਾਂਕਿ ਅੱਜ ਵੀ ਜਦੋਂ ਕੋਈ ਬੰਦਾ ਗਾਣੇ ਦੀ ਵੀਡੀਓ ਵੇਖਦਾ ਉਹ ਕਹਿੰਦਾ ਬਾਈ ਤੁਸੀਂ ਕਿੱਥੇ ਲਾਸਟ ਤੇ ਸੀਗਾ ਕੁਝ 2-3 ਸੈਕਿੰਡ ਦਾ ਸੀਨ ਸੀਗਾ ਡਾਇਲੋਗ ਸੀ ਇੱਕ ਉਹਦੇ ਵਿੱਚ ਸਾਡੀ ਐਂਟਰੀ ਆ ਥੋੜੀ ਤੇ ਉਹ ਡਾਇਲੋਗ ਸੀਗਾ ਜਿੰਨੇ ਇਮਤਿਹਾਨ ਰੱਬ ਨੇ ਸਾਡੇ ਲਏ ਆ ਜੇ ਕੋਈ ਹੋਰ ਹੁੰਦਾ ਤੇ ਡੋਲ ਜਾਣਾ ਸੀ ਬੇਬੇ ਤੇਰੇ ਪੁੱਤ ਨੂੰ ਤੇਰੀਆਂ ਦਵਾਵਾਂ ਬਚਾ ਗਈਆਂ ਨਹੀਂ ਤੇ ਲੋਕਾਂ ਸਾਨੂੰ ਰੋਲ ਦੇਣਾ ਓ ਬੇਬੇ ਕਰਿਆ ਨਾ ਕਰ ਦਿਲ ਛੋਟਾ ਉਹ ਬੜਾ ਕੁਝ ਕਹਿਣਾ ਹਾਲੇ ਲੋਕਾਂ ਉਹ ਫਾਇਦਾ ਕੀ ਏ ਦੁਨੀਆ ਉੱਤੇ ਆਉਣ ਦਾ ਜੇ ਮੂਰੇ ਵਕਤਾਂ ਦੇ ਗੋਡੇ ਟੇਕਤੇ ਉਹ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ ਕਈ ਬੰਦੇ ਗਾਣੇ ਕਰਦੇ ਨੇ ਪਰ ਉਹਨਾਂ ਦੇ ਗਾਣੇ ਹੈ ਨਾ ਚੱਲਦੇ ਨਹੀਂ ਅਤੇ ਉਹ ਡੀਮੋਟੀਵੇਟ ਹੋ ਕੇ ਇਸ ਕੰਮ ਤੋਂ ਛੱਡ ਜਾਂਦੇ ਨੇ ਇਹ ਕਿੱਦਾਂ ਹੋਣਾ ਚਾਹੀਦਾ ਉਤਾਰ ਚੜਾਅ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ ਹੈ ਨਾ ਇੱਕ ਧਾਰ ਲਓ ਵੀ ਮੈਂ ਕੰਮ ਕਿਹੜਾ ਕਰਨਾ ਆ ਉਹਦੇ ਹੱਥ ਤੋਂ ਕੇ ਤੁਹਾਡੇ ਨਾਲ ਇਹਦਾ ਨਹੀਂ ਹੋਇਆ ਵੀਰੇ ਬਹੁਤ ਵਾਰ ਹੁੰਦਾ ਆ ਡੀਮੋਟੀਵੇਟ ਵੀਰੇ ਕਰਦੇ ਵੀ ਆਪਣੇ ਹੀ ਆ ਨਾ ਟੀਮ 'ਚੋਂ ਬਾਹਰ ਨਹੀਂ ਕੋਈ ਕਰੂਗਾ ਉਹੀ ਕਰੂ ਜਿਹਨੂੰ ਅਸੀਂ ਪੁੱਛਦੇ ਪਏ ਬਿਲਕੁਲ ਕਿਉਂ ਪੁੱਛਦੇ ਹਾਂ ਅਸੀਂ ਸੋਚਿਆ ਆਹ ਕੰਮ ਕਰਨਾ ਤੇ ਕਰੋ ਗੱਲ ਜਿਸ ਬੰਦੇ ਤੇ ਮਾਣ ਹੁੰਦਾ ਨਾ ਤੁਹਾਨੂੰ ਲੱਕ ਵੀ ਉਹ ਤੋੜਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਾਰੇ ਦੇ ਨਾਲ ਜੋ ਇਸ ਵੇਲੇ ਸਾਡੇ ਸਟੂਡੀਓ 'ਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਉਂਦੇ ਹਾਂ ਲਵ ਚੰਨਣ ਕੇ ਅਤੇ ਸੁੱਖ ਮਾਨ ਦੇ ਨਾਲ ਅਤੇ ਦੇਵ ਸੰਧੂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਸਭ ਤੋਂ ਪਹਿਲਾਂ ਤਿੰਨਾਂ ਦਾ ਬਹੁਤ ਵਧੀਆ ਵੀਰੇ ਜੀ ਅੱਛਾ ਸੁੱਖ ਮਾਨ ਜੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤੁਹਾਡੇ ਤੋਂ ਹੈ ਨਾ ਤੁਸੀਂ ਮਿਊਜ਼ਿਕ ਲਾਈਨ 'ਚ ਸਟਾਰਟਿੰਗ ਕਿੱਥੋਂ ਕੀਤੀ ਸਭ ਤੋਂ ਪਹਿਲਾਂ ਸਟਾਰਟਿੰਗ ਬਾਈ ਮੈਂ ਜੋਬ ਕਰਦਾ ਹੁੰਦਾ ਸੀ ਹਾਂਜੀ ਹੈ ਨਾ ਜੀ ਉਸ ਤੋਂ ਬਾਅਦ ਵਿੱਚ ਜੋਬ ਕਰਦੇ ਕਰਦੇ ਥੋੜ੍ਹਾ ਜਿਹਾ ਸੀ ਕਿ ਮੈਂ ਗਾਣਾ ਕਰਾਂ ਬਟ ਇੱਕ ਹੁੰਦਾ ਨਾ ਕਿ ਬੰਦੇ ਨੂੰ ਸਟਾਰਟ ਕਰਨ ਲਈ ਇੱਕ ਧੱਕੇ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਹੈ ਨਾ ਜੀ ਮੇਰੇ ਮਾਮਾ ਜੀ ਦੇ ਬੇਟੇ ਨੇ ਉਹਨਾਂ ਨੇ ਮੇਰੀ ਹੈਲਪ ਕੀਤੀ ਓਫੀਸ਼ੀਅਲੀ ਵੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਗਾਣਾ ਕਰਨਾ ਚਾਹੀਦਾ ਆਪਣਾ ਓਫੀਸ਼ੀਅਲੀ ਮੈਂ ਵੈਸੇ ਗਾਉਂਦਾ ਹੁੰਦਾ ਸੀ ਖਾੜਿਆਂ 'ਚ ਲਾ ਲਓ ਪਿੰਡ ਹੈ ਨਾ ਜਿੱਦਾਂ ਅਤੇ ਉਹਨਾਂ ਮੇਰੀ ਮਦਦ ਕੀਤੀ ਉਸ ਤੋਂ ਬਾਅਦ ਮੈਂ ਇੱਕ ਸਿੰਗਲ ਟਰੈਕ ਕੀਤਾ ਆਡੀਓ ਜੱਟ ਪਿੰਡਾਂ ਵਾਲੇ ਸ਼ਾਇਦ ਉਹ ਮੇਰੇ ਖਿਆਲ ਨਾਲ ਯੂਟਿਊਬ 'ਤੇ ਹੋਣਾ ਵੀ ਨਹੀਂ ਅਤੇ ਉਹ ਕੀਤਾ ਸੀ ਅਤੇ ਉਸ ਤੋਂ ਬਾਅਦ ਫਿਰ ਲੱਗੇ ਬਾਈ ਹੁਣੀ ਮਿਲੇ ਫਿਰ ਕਰਦੇ ਗਏ ਅੱਗੇ ਅੱਛਾ ਲਵ ਚੰਨਣ ਜੀ ਫਿਰ ਤੁਸੀਂ ਕਿਵੇਂ ਮਤਲਬ ਸਟਾਰਟਿੰਗ ਕੀਤੀ ਕਿਵੇਂ ਸੋਚਿਆ ਵੀ ਮਿਊਜ਼ਿਕ ਲਾਈਨ 'ਚ ਜਾਵਾਂ ਮੈਂ ਮਿਊਜ਼ਿਕ ਲਾਈਨ 'ਚ ਸਕੂਲ ਟਾਈਮ ਗਾਉਂਦੇ ਹੁੰਦੇ ਸੀ ਬਚਪਨ ਤੋਂ ਹੀ ਸ਼ੌਕ ਸੀ ਕਿ ਕਲਾਕਾਰ ਬਣਨਾ ਅਤੇ ਕਿਤੇ ਨਾ ਕਿਤੇ ਇੱਕ ਦਿਲ 'ਚ ਡਰ ਜਿਹਾ ਰਹਿੰਦਾ ਸੀ ਕਿ ਜੇ ਇਹ ਚੀਜ਼ਾਂ ਨਾ ਹੋਈਆਂ ਤਾਂ ਜ਼ਿੰਦਗੀ 'ਚ ਕੀ ਕਰਾਂਗੇ
ਅਤੇ ਉਤਾਰ ਚੜਾਵ ਜ਼ਿੰਦਗੀ 'ਚ ਕਾਫੀ ਆਉਂਦੇ ਰਹਿੰਦੇ ਅਤੇ ਇੱਕ ਦਿਨ ਐਸਾ ਆਇਆ ਕਿ ਲਿਖਦਾ ਸੀਗਾ ਮੈਂ ਹੈ ਨਾ ਸ਼ੌਂਕ ਸੀਗਾ ਥੋੜ੍ਹਾ ਜਿਹਾ ਅਤੇ ਪਰਮਾਤਮਾ ਨੇ ਮਿਹਰ ਕੀਤੀ ਅਤੇ ਗਾਣਾ ਲਿਖਣਾ ਸ਼ੁਰੂ ਕਰਤੇ ਮੈਂ ਫਿਰ ਮੈਨੂੰ ਇਹ ਪੱਕਾ ਕਨਫਰਮ ਹੋ ਗਿਆ ਕਿ ਮੈਂ ਇਸੇ ਚੀਜ਼ ਲਈ ਬਣਿਆ ਤਾਂ ਮੈਂ ਤੁਹਾਡੇ ਦਿਮਾਗ 'ਚ ਕੀ ਆਇਆ ਮਤਲਬ ਹਾਂ ਵੀ ਮੈਂ ਗਾਣਾ ਲਿਖਾਂ ਜ਼ਿੰਦਗੀ 'ਚ ਕੁਝ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਲਾ ਲਓ ਕੁਝ ਆਪਣੇ ਲਾ ਲਓ ਕੁਝ ਬਗਾਨੇ ਲਾ ਲਓ ਗੀਤ ਜਦੋਂ ਕਾਗਜ਼ 'ਤੇ ਕਲਮ ਆਪਣਾ ਰੂਪ ਲੈਂਦੀ ਹੈ ਨਾ ਗਾਣਾ ਉਦੋਂ ਬਣਦਾ ਅਤੇ ਪਹਿਲਾ ਗੀਤ ਕਿਸ 'ਤੇ ਆਇਆ ਸੀ ਪਹਿਲਾਂ ਮੇਰੇ ਬਾਪੂ 'ਤੇ ਪਰ ਉਹ ਹਾਲੇ ਗਾਣਾ ਕਰਿਆ ਨਹੀਂ ਕਰਾਂਗੇ ਜਦੋਂ ਟਾਈਮ ਆਊਗਾ ਟਾਈਮ ਆਉਣ 'ਤੇ ਕਰਨਾ ਦੇਵ ਸੰਧੂ ਤੁਸੀਂ ਮੈਂ ਵੀਰਾ ਜੀ ਪਹਿਲਾਂ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਕੰਮ ਕੁੰਮ ਜਿੱਦਾਂ ਚੱਲਦਾ ਹੁੰਦਾ ਘਰਾਂ ਦਾ ਹੈ ਨਾ ਸਿਸਟਮ ਅਤੇ ਦੈਨ ਮੈਂ ਪੋਸਟਾਂ ਪਾਉਣੀਆਂ ਚਾਲੂ ਕਰਤੀਆਂ ਫੇਸਬੁੱਕ 'ਤੇ ਹਾਂਜੀ ਇੱਕ ਅੱਧਾ ਗਾਣਾ ਪਾਇਆ ਅਤੇ ਮੇਰੇ ਯਾਰ ਮਿੱਤਰ ਕਹਿੰਦੇ ਬਾਈ ਤੇਰੀ ਆਵਾਜ਼ ਬੜੀ ਸੋਹਣੀ ਕਿੱਥੇ ਰਿਹਾ ਅਤੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਦੈਨ ਬਾਅਦ 'ਚ ਲਵ ਚੰਨਣ ਕੇ ਮਿਲਿਆ ਇਹਦੇ ਨਾਲ ਗੱਲਬਾਤ ਕੀਤੀ ਅਤੇ ਸਟੂਡੀਓ ਮਿਲੇ ਤਿੰਨੇ ਭਰਾ ਇਕੱਠੇ ਹੋ ਗਏ ਅਤੇ ਉਸ ਤੋਂ ਬਾਅਦ ਬੈਕ ਟੂ ਬੈਕ ਕੰਮ ਕਰਨਾ ਚਾਲੂ ਕਰਤਾ ਅੱਛਾ ਤਿੰਨੋਂ ਜਦੋਂ ਮਿਲੇ ਸੀ ਹੈ ਨਾ ਕੀ ਦਿਖਿਆ ਸੀ ਇੱਕ ਦੂਜੇ 'ਚ ਵੀ ਹਾਂ ਇਹਦੇ ਆ ਕੰਮ ਕਰਨਾ ਚਾਹੀਦਾ ਪਹਿਲਾਂ ਤਾਂ ਆਪਾਂ ਤਿੰਨੇ ਦਿਖੇ ਮਤਲਬ ਇੱਕ ਪਹਿਲਾਂ ਵੱਖੋ ਵੱਖ ਵੀ ਕਰਦੇ ਰਹੇ ਸੀ ਕੰਮ ਬਾਈ ਹੋਣੀ ਦੋਵੇਂ ਇਕੱਠੇ ਕਰਦੇ ਸੀ ਮੈਂ ਅਲੱਗ ਕਰਦਾ ਸੀ ਅਤੇ ਬਟ ਸ਼ੂਟ ਜਾਣਾ ਹੈ ਨਾ ਇੱਕ ਦੂਜੇ ਦੇ ਸ਼ੂਟ 'ਤੇ ਆਪਾਂ ਤਿੰਨੇ ਕਰਦੇ ਸੀਗੇ ਅਤੇ ਉਹ ਤੋਂ ਬਾਅਦ ਵਿੱਚ ਇੱਕ ਗਾਣਾ ਸੀ ਬੇਬੇ ਹੈ ਨਾ ਉਹ ਵਾਇਰਲ ਹੋਇਆ ਇਕੱਠਿਆਂ ਦਾ ਵਾਇਰਲ ਹੋ ਗਿਆ ਉਹ ਤੋਂ ਬਾਅਦ ਅਸੀਂ ਸੋਚਿਆ ਕਿ ਯਾਰ ਇੰਨੇ ਚਿਰ ਦੇ ਲੱਗੇ ਸੀ ਹੈ ਨਾ ਕਿਤੇ ਕੁਛ ਨਹੀਂ ਸੈੱਟ ਬੈਠਾ ਬਟ ਆਹ ਚੀਜ਼ ਆਪਣੀ ਤਿੰਨਾਂ ਦੀ ਚੱਲੀ ਆ ਅਤੇ ਆਪਾਂ ਨੂੰ ਤਿੰਨਾਂ ਨੂੰ ਆਉਣਾ ਚਾਹੀਦਾ ਮਤਲਬ ਕਿ ਮੈਂ ਨਹੀਂ ਕਹਿੰਦਾ ਕਿ ਉਹ ਗਾਣਾ ਮੇਰਾ ਕਰਕੇ ਚੱਲਿਆ ਮੈਂ ਲਿਖਿਆ ਉਹ ਤਾਂ ਚੱਲਿਆ ਜਾਂ ਇਹਨੇ ਗਾਇਆ ਜਾਂ ਉਹ ਮਤਲਬ ਕੁਦਰਤੀ ਚੀਜ਼ ਸੀ ਕਿ ਤਿੰਨਾਂ ਨੇ ਗਾਇਆ ਅਤੇ ਉਹ ਗਾਣਾ ਇੱਕ ਕਹਿ ਲਓ ਵੀ ਆਨਾ ਬਾਨਾ ਬਣਨਾ ਹੁੰਦਾ ਵਾ ਉਹ ਪਰਮਾਤਮਾ ਨੇ ਆਨਾ ਬਾਨਾ ਹੀ ਬਣਾਇਆ ਅਤੇ ਤਿੰਨੇ ਭਰਾ ਇਕੱਠੇ ਹੋ ਕੇ ਗਾਣਾ ਕਰਤਾ ਬੇਬੇ ਗਾਣਾ ਕੀਤਾ ਸੀ ਹੈ ਨਾ ਕੀ ਲੱਗਦਾ ਸੀ ਚੱਲੇਗਾ ਚੱਲ ਤਾਂ ਪਈ ਵੀਰੇ ਚੱਲਿਆ ਗਾਣਾ ਹੀ ਚੱਲ ਪਿਆ ਸੀ ਬਾਈ ਦੇ ਜਜ਼ਬਾਤ ਸੀਗੇ ਮੈਨੂੰ ਵੀਰੇ ਨੇ ਪੂਰਾ ਫੋਨ ਕਰਿਆ ਮਤਲਬ ਇੱਦਾਂ ਸੀਗਾ ਵੀ ਹਾਂ ਜਦੋਂ ਅਸੀਂ ਹੈ ਨਾ ਰਿਆਨ ਰੈਕਰਡਸ ਤੋਂ ਆਪਾਂ ਗਾਣਾ ਕਰਵਾ ਰਹੇ ਹਾਂ ਵਧੀਆ ਕੰਪਨੀ ਤੋਂ ਗਾਣਾ ਆ ਰਿਹਾ ਕੀ ਲੱਗਦਾ ਸੀ ਵੀ ਹਾਂ ਚੋ ਗਾਣਾ ਤਾਂ ਚੱਲੇਗਾ ਬਿਲਕੁਲ ਪਰ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਆਇਆ ਸੀ ਦੇਖੋ ਪਤਾ ਕੀ ਹੁੰਦਾ ਇੱਕ ਗਾਣਾ ਵਾਇਰਲ ਹੋ ਜਾਣਾ ਫਿਰ ਉਸ ਗਾਣੇ ਨੂੰ ਤੁਸੀਂ ਓਫੀਸ਼ੀਅਲੀ ਰਿਲੀਜ਼ ਕਰਦੇ ਜੋ ਉਹਦੀ ਵੀਡੀਓ ਬਣਾ ਕੇ ਉਹਦਾ ਆਡੀਓ ਬਣਾ ਕੇ ਇੱਕ ਚੈਲੰਜ ਹੁੰਦਾ ਬੜਾ ਵੱਡਾ ਕਿ ਲੋਕਾਂ ਨੇ ਪਹਿਲਾਂ ਉਹ ਗਾਣਾ ਸੁਣਿਆ ਵਾ ਅਤੇ ਹੁਣ ਉਹਨਾਂ ਦੀਆਂ ਉਮੀਦਾਂ ਵੱਧ ਗਈਆਂ ਤੁਹਾਡਾ ਉਹ ਪਹਿਲਾ ਗਾਣਾ ਲੀਕ ਹੋ ਗਿਆ ਸੀ ਇੱਕ ਤਰੀਕੇ ਨਾਲ ਲੀਕ ਨਹੀਂ ਆਪਾਂ ਆਪ ਗਾਇਆ ਸੀਗਾ ਅਤੇ ਜਿੱਦਾਂ ਲਾ ਲਓ ਜਜ਼ਬਾਤ ਹੁੰਦੇ ਹਰ ਇੱਕ ਬੰਦੇ ਦੇ ਕਿ ਯਾਰ ਮੈਂ ਇੱਦਾਂ ਦੀ ਚੀਜ਼ ਮਤਲਬ ਅਸੀਂ ਸੋਚਿਆ ਨਹੀਂ ਸੀ ਕਿ ਉਹ ਓਫੀਸ਼ੀਅਲੀ ਕਰਾਂਗੇ ਓਫੀਸ਼ੀਅਲੀ ਕਰਾਂਗੇ ਬਟ ਵੈਸੇ ਗਾਇਆ ਸੀ ਉਹ ਵਾਇਰਲ ਹੋ ਗਿਆ ਬਟ ਫਿਰ ਸੋਚਿਆ ਕਿ ਹੁਣ ਕਰਨਾ ਚਾਹੀਦਾ ਸਾਨੂੰ ਜਿਹੜਾ ਗੀਤਕਾਰ ਹੁੰਦਾ ਨਾ ਉਹ ਆਮ ਦੁਨੀਆ ਨਾਲੋਂ ਜ਼ਿਆਦਾ 10 ਗੁਣਾ ਵੱਧ ਜਜ਼ਬਾਤੀ ਹੁੰਦਾ ਤੁਸੀਂ ਆਪਦੇ ਜਜ਼ਬਾਤ ਆ ਤੁਸੀਂ ਦੱਬ ਸਕਦੇ ਜੋ ਜਿਹੜਾ ਇੱਕ ਗੀਤਕਾਰ ਹੁੰਦਾ ਉਹਨੇ ਜਜ਼ਬਾਤ ਲਿਖਣੇ ਹੁੰਦੇ ਆ ਮਤਲਬ ਉਹ 10 ਗੁਣਾ ਵੱਧ ਜਜ਼ਬਾਤੀ ਹੁੰਦਾ ਕਿ ਉਹਨੇ ਜਜ਼ਬਾਤ ਲਿਖ ਦੇਣੇ ਫਿਰ ਉਸ ਜਜ਼ਬਾਤਾਂ ਦੇ ਉਸ ਰੂਪ ਨੂੰ ਗਾਣੇ ਦਾ ਰੂਪ ਮਿਲ ਜਾਂਦਾ ਅਤੇ ਕਹਿੰਦੇ ਹੈ ਨਾ ਲਵ ਚੰਨਣ ਕੇ ਹੈ ਨਾ ਤੁਹਾਡੀ ਇੰਨੀ ਫੇਸ ਵੈਲਿਊ ਨਹੀਂ ਹੈ ਪਰ ਗਾਣੇ ਹਰ ਇੱਕ ਨੇ ਸੁਣੇ ਹੋਏ ਨੇ ਦੇਖੋ ਜੇ ਫੇਸ ਵੈਲਿਊ ਹੁੰਦੀ ਫਿਰ ਗਾਣੇ ਨਹੀਂ ਚੱਲਣੇ ਨਹੀਂ ਪਰ ਤੁਸੀਂ ਆਪਣੇ ਗਾਣਿਆਂ 'ਚ ਹੈ ਨਾ ਆਪਣੀ ਵੀਡੀਓ ਕਿਉਂ ਨਹੀਂ ਦਿਖਾਈ ਬੇਬੇ ਬਾਪੂ 'ਚ ਉਹ ਗਾਣੇ ਦਾ ਚਲੋ ਤੁਹਾਨੂੰ ਮੈਂ ਸਿੱਧੀ ਜਿਹੀ ਗੱਲ ਦੱਸਦਾ ਉਹਦਾ ਸਾਡੇ ਕੋਲ ਨਾ ਬਜਟ ਨਹੀਂ ਸੀਗਾ ਗਾਣੇ ਦਾ ਗਾਣਿਆਂ ਦੇ ਵੀਰੇ ਪੈਸੇ ਅਸੀਂ ਲਾ ਲਏ ਸੀਗੇ ਪਹਿਲੇ ਦੂਸਰੇ ਗਾਣੇ ਜਿਹੜੇ ਸਾਡੇ ਹੈ ਨਾ ਆਉਣੇ ਸੀ ਉਹਨਾਂ ਦੇ ਪੈਸੇ ਲਾ ਚੁੱਕੇ ਸੀਗੇ ਅਤੇ ਜਦੋਂ ਬੇਬੇ ਗਾਣਾ ਆਪਾਂ ਵਾਇਰਲ ਕੀਤਾ ਉਹ ਵਾਇਰਲ ਹੁੰਦਾ ਨਾਮੀ ਆਰਟਿਸਟ ਆ ਵਧੀਆ ਆਪਣੇ ਭਰਾ ਉਹਨਾਂ ਨੇ ਸ਼ੇਅਰ ਕੀਤਾ ਗਾਣਾ ਅਤੇ ਬੜੀ ਖੁਸ਼ੀ ਮਿਲੀ ਅਤੇ ਆਪਾਂ ਸੋਚਿਆ ਵੀ ਆਹ ਗਾਣਾ ਯਾਰ ਵਧੀਆ ਚੱਲਦਾ ਪਿਆ ਵੀ ਆਪਾਂ ਬਾਕੀ ਕੰਮ ਬੰਦ ਕਰੀਏ ਅਤੇ ਆਹ ਗਾਣੇ ਵੱਲ ਫੋਕਸ ਦਈਏ ਅਤੇ ਜਿੰਨੀ ਵੀ ਆਪਣੇ ਕੋਲ ਇਨਵੈਸਟ ਸੀਗੀ ਨਾ ਕੋਈ ਵੀਰਾਂ ਨੂੰ ਕਈਆਂ ਨੂੰ ਕੰਮ ਕਰਨ ਦੀ ਇੱਛਾ ਹੁੰਦੀ ਆ ਮਾਡਲਿੰਗ ਕਰਨ ਦੀ ਹੈ ਨਾ ਉਹਨਾਂ ਤੋਂ ਚਲੋ ਪੈਸੇ ਲਵਾਏ ਆਪਾਂ ਰਲ ਮਿਲ ਕੇ ਇੱਕ ਕ੍ਰੈਡਿਟ ਉਹਨਾਂ ਨੂੰ ਪੂਰਾ ਦੇ ਦਿੱਤਾ ਵੀ ਕੱਲ੍ਹ ਨੂੰ ਬੰਦਾ ਕਹੇ ਨਾ ਯਾਰ ਮੈਂ ਪੈਸਾ ਲਾਇਆ ਇਹ ਬੰਦੇ ਇੱਦਾਂ ਕਰਕੇ ਇੱਦਾਂ ਕਰਕੇ ਹੈ ਨਾ ਵੀ ਆਹ ਚੱਕਰ 'ਚ ਆਪਾਂ ਥੋੜ੍ਹਾ ਪਿੱਛੇ ਰਹਿ ਗਏ ਵੀਡੀਓ ਤੁਸੀਂ ਉਸ 'ਚ ਕੰਮ ਕਿਉਂ ਨਹੀਂ ਕੀਤਾ ਉਹ ਲੇਟ ਨਾਈਟ ਹੋ ਗਿਆ ਸ਼ੂਟ ਦਾ ਹਾਂਜੀ ਜੇ ਤੁਸੀਂ ਸ਼ੂਟ ਕੋਈ ਵੀ ਸ਼ੂਟ ਕਰਦੇ ਜੋ ਇੱਕ ਲਿਮਿਟ ਹੁੰਦੀ ਕਿ ਇੰਨੇ ਘੰਟਿਆਂ ਤੱਕ ਇੰਨੇ ਪੈਸੇ ਆ ਸਾਡੇ ਕੋਲ ਬਜਟ ਨਹੀਂ ਹੈਗਾ ਹਾਲਾਂਕਿ ਅੱਜ ਵੀ ਜਦੋਂ ਕੋਈ ਬੰਦਾ ਗਾਣੇ ਦੀ ਵੀਡੀਓ ਵੇਖਦਾ ਉਹ ਕਹਿੰਦਾ ਬਾਈ ਤੁਸੀਂ ਕਿੱਥੇ ਲਾਸਟ 'ਤੇ ਸੀਗਾ ਕੁਝ 2-3 ਸੈਕਿੰਡ ਦਾ ਹੀ ਸੀਨ ਸੀਗਾ ਡਾਇਲੋਗ ਸੀ ਇੱਕ ਉਹਦੇ ਵਿੱਚ ਸਾਡੀ ਐਂਟਰੀ ਆ ਥੋੜ੍ਹੀ ਅਤੇ ਉਹ ਡਾਇਲੋਗ ਸੀਗਾ ਜਿੰਨੇ ਇਮਤਿਹਾਨ ਰੱਬ ਨੇ ਸਾਡੇ ਲਏ ਆ ਜੇ ਕੋਈ ਹੋਰ ਹੁੰਦਾ ਤਾਂ ਡੋਲ ਜਾਣਾ ਸੀ ਬੇਬੇ ਤੇਰੇ ਪੁੱਤ ਨੂੰ ਤੇਰੀਆਂ ਦਵਾਵਾਂ ਬਚਾ ਗਈਆਂ ਨਹੀਂ ਤਾਂ ਲੋਕਾਂ ਸਾਨੂੰ ਰੋਲ ਦੇਣਾ ਉੱਥੇ ਹੀ ਬਸ ਅਸੀਂ ਆਏ ਬਟ ਇਹ ਆ ਵੀ ਕੋਸ਼ਿਸ਼ ਇਹ ਆ ਕਿ ਇੱਕ ਉਹਦਾ ਦੂਜਾ ਪਾਰਟ ਲੈ ਕੇ ਆਈਏ ਦੂਜਾ ਪਾਰਟ ਆਊਗਾ ਵੀ ਤੇ ਪਰਮਾਤਮਾ ਮਿਹਰ ਕਰੇ ਵਧੀਆ ਰਹੂਗਾ ਕਦੋਂ ਤੱਕ ਆਉਣਾ ਕੋਸ਼ਿਸ਼ ਤਾਂ ਸਾਡੀ ਹੈ ਕਿ ਜਲਦੀ ਕਰੀਏ ਹਾਲੇ ਤਾਂ ਗੋਲ ਗੱਪੇ ਹੋ ਗਿਆ ਹੈਪੀ ਬਰਥਡੇ ਹੋ ਗਿਆ ਮੈਨੂੰ ਲੱਗਦਾ ਇਹਨਾਂ ਦੇ ਦੋ ਦੋ ਤਿੰਨ ਦਿਨ ਪਾੜ ਲਿਖਣੇ ਪੈਣ ਗੋਲ ਗੱਪੇ ਹੈਪੀ ਬਰਥਡੇ
ਅੱਛਾ ਗੋਲਗੱਪੇ ਹੈ ਨਾ, ਤੁਹਾਡਾ ਗੋਲਗੱਪੇ ਵੀ ਬਹੁਤ ਵਾਇਰਲ ਹੋਇਆ ਸੀ। ਹਾਂਜੀ, ਉਹ ਗਾਣੇ ਦੀ ਸਾਰਿਆਂ ਨੇ ਮੇਰੇ ਖਿਆਲ ਨਾਲ ਸੁਣਿਆ ਵੀ ਬਹੁਤ ਵਧੀਆ, ਰਿਸਪੌਂਸ ਵੀ ਤੁਹਾਨੂੰ ਬਹੁਤ ਵਧੀਆ ਆਇਆ। ਕੋਈ ਵਿਰਲਾ ਹੀ ਉਹ ਜਿਹਨੇ ਨਾ ਸੁਣਿਆ ਹੋਵੇ ਗਾਣਾ। ਬਾਈ ਜੀ ਸਾਰਿਆਂ ਨੇ ਸੁਣਿਆ ਉਹ, ਪਤਾ ਨਹੀਂ ਲੋਕਾਂ ਦੀ ਇੱਕ ਇਹ ਬੜੀ ਮਾੜੀ ਗੱਲ ਲੱਗਦੀ ਆ, ਜਿਹਦੀ ਮਿਹਨਤ ਹੁੰਦੀ ਹੈ ਨਾ ਉਹਨੂੰ ਕ੍ਰੈਡਿਟ ਨਹੀਂ ਦਿੰਦੇ। ਮੰਨ ਲਓ ਆਪਾਂ ਆਪਣਾ ਸਾਊਂਡ ਚੱਲਦਾ ਪਿਆ ਵਾ, ਤੁਸੀਂ ਵੀਡੀਓ ਬਣਾ ਲਈ ਆ, ਇੱਕ ਤੁਹਾਡੀ ਗਲਤੀ ਇਹ ਹੋਣੀ ਤੁਸੀਂ ਮੈਂਸ਼ਨ ਨਹੀਂ ਕਰਦੇ ਪਏ, ਪਤਾ ਵੀ ਹੁੰਦਿਆਂ ਸਰ ਇਹ ਬੜੀ ਲੋਕਾਂ ਦੀ ਮਾੜੀ ਗੱਲ ਲੱਗਦੀ ਆ। ਕੁਛ ਸਾਡੇ ਵੀ ਕਾਫੀ ਮਤਲਬ ਮਿੱਤਰ ਪਿਆਰੇ ਆ, ਵਧੀਆ ਵਾਇਰਲ ਆ ਉਹ, ਮਤਲਬ ਵਧੀਆ ਉਹਨਾਂ ਦੀ ਆਈ ਡੀ ਵਧੀਆ ਆ, ਰਿਸਪੋਂਸ ਵਧੀਆ ਮਿਲਦਾ, ਫੋਲੋਵਰ ਵਧੀਆ, ਪਰ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਆ ਕਿ ਅਸੀਂ ਪਈਏ ਕਿਤੇ ਇਹਨੂੰ ਵੇਖ ਨਾ ਲਵੇ, ਸਾਊਂਡ ਵੀ ਸਾਡੀ, ਗਾਣਾ ਵੀ ਸਾਡਾ, ਫਿਰ ਆਈ ਡੀ ਨਹੀਂ ਲੱਭਦੀ। ਬਹੁਤ ਐਪਰੀਸ਼ੀਏਟ ਕਰੋ ਯਾਰ, ਜੇ ਕੋਈ ਬੰਦਾ ਅੱਗੇ ਵਧਣ ਡਿਆ ਨਾ ਉਹਨੂੰ ਹੌਸਲਾ ਦਿਓ, ਜੇ ਕਿਹਦੇ ਘਰ ਬੱਤੀ ਜਗਦੀ ਹੋਊਗੀ ਤੁਸੀਂ ਵੀ ਚੰਨੇ ਬਹਿ ਜਾਓਗੇ ਜਾ ਕੇ। ਅੱਛਾ, ਹੈਪੀ ਬਰਥਡੇ ਗਾਣੇ ਤੋਂ ਬਾਅਦ ਤੁਸੀਂ ਹੋਰ ਕੋਈ ਪ੍ਰੋਜੈਕਟ ਕਿਉਂ ਨਹੀਂ ਕੀਤਾ? ਪ੍ਰੋਜੈਕਟ ਵੈਸੇ ਇੱਦਾਂ ਗੈਪ ਪੈ ਗਿਆ, ਤੁਹਾਨੂੰ ਪਤਾ ਘਰਾਂ ਦੇ ਰੁਝੇਵੇਂ ਹੁੰਦੇ ਆ, ਉਤਾਰ ਚੜਾਅ ਚੱਲਦੇ ਰਹਿੰਦੇ, ਅਤੇ ਛਿਆਂ ਕੁ ਮਹੀਨਿਆਂ ਦਾ ਸੱਤਾਂ ਕੁ ਮਹੀਨਿਆਂ ਦਾ ਗੈਪ ਸਾਡਾ ਪੈ ਗਿਆ, ਬਟ ਇਹ ਆ ਕਿ ਹੁਣ ਪ੍ਰੋਜੈਕਟ ਆਪਾਂ ਨਵੇਂ ਬਣਾਏ ਆ। ਅੱਛਾ, ਸਾਰੇ ਕਹਿੰਦੇ ਆ ਨਾ ਕਿ ਹਾਂ ਸਿੰਗਰ ਦੀ ਲਾਈਫ ਇੱਕ ਵਧੀਆ ਲਾਈਫ ਹੁੰਦੀ ਹੈ। ਬਿਲਕੁਲ ਵੀਰੇ, ਕੀ ਲੱਗਦਾ ਵੀ ਹਾਂ ਤੁਹਾਨੂੰ ਤਾਂ ਪਤਾ ਵੀ ਹੋਏਗਾ ਤੁਸੀਂ ਉਹ ਲਾਈਫ ਜੀ ਰਹੇ ਹੋ, ਹੈ ਨਾ, ਵੀ ਵਧੀਆ ਹੁੰਦੀ ਹੈ ਕਿ ਇਸ 'ਚ ਵੀ ਅੱਜ ਦੇ ਸਮੇਂ ਮਿਹਨਤ ਹੁੰਦੀ ਆ। ਅੱਜ ਦੇ ਸਮੇਂ 'ਚ ਹਰ ਇੱਕ ਬੰਦਾ ਕਹਿੰਦਾ ਇੱਟ ਪੁੱਟੋ ਸਿੰਗਰ, ਮੇਰੇ ਬਹੁਤੇ ਇੱਟ ਦੇ ਉੱਤੇ ਬੈਠੇ, ਪਰ ਕਿਸੇ ਨੇ ਇਹ ਕਿਹਾ ਵੀ ਇੱਕ ਬੰਦਾ ਸਿੰਗਰ ਬਣਨ ਲਈ ਕਿੰਨੀ ਮਿਹਨਤ ਕਰਦਾ? ਉਹਨੂੰ ਪੁੱਛੋ ਪਹਿਲਾਂ ਗਾਣਾ ਬਣਾਓ, ਪਹਿਲਾਂ ਤੁਸੀਂ ਗੀਤਕਾਰ ਲੱਭੋ, ਫਿਰ ਤੁਸੀਂ ਮਿਊਜ਼ਿਕ ਡਾਇਰੈਕਟਰ ਲੱਭੋ, ਫਿਰ ਤੁਸੀਂ ਵੀਡੀਓ ਡਾਇਰੈਕਟਰ ਲੱਭੋ, ਫਿਰ ਤੁਸੀਂ ਕੰਪਨੀ ਲੱਭੋ, ਫਿਰ ਤੁਸੀਂ ਕੰਪਨੀ ਨੂੰ ਕਹੋ ਮੈਨੂੰ ਪ੍ਰਮੋਸ਼ਨ ਦੇਵੇ। ਇੰਨੀਆਂ ਚੀਜ਼ਾਂ ਨੂੰ ਪਾਰ ਕਰਕੇ ਇੱਕ ਆਰਟਿਸਟ ਬੰਦਾ ਆਪਣਾ ਗਾਣਾ ਲੈ ਕੇ ਜਾਂਦਾ, ਪਰ ਮੁੜ ਕੇ ਉਹਨੂੰ ਮਿਲਦਾ ਕਿ ਠੀਕ ਸੀ ਜਾਂ ਫਲਾਣਾ, ਦੋ ਕਮੈਂਟ ਕਰਦੇ, ਦੋ ਕਮੈਂਟ ਹੁੰਦੇ ਵਧੀਆ ਹੋਰ ਵਧੀਆ ਯਾਰ, ਉਹਨੂੰ ਤੁਸੀਂ ਇਹ ਕਹੋ ਵੀ ਐਤਕੀ ਤੂੰ ਵਧੀਆ ਕੀਤਾ ਪਰ ਅਗਲੀ ਵਾਰ ਤੂੰ ਹੋਰ ਕੋਸ਼ਿਸ਼ ਕਰ, ਦਿਲ ਨਾ ਤੋੜੋ ਕਿਸੇ ਦਾ। ਅੱਛਾ, ਇੱਦਾਂ ਕਿਉਂ ਹੁੰਦਾ ਵੀ ਮਿਊਜ਼ਿਕ ਡਾਇਰੈਕਟਰ ਦੀ ਕੋਈ ਕਦਰ ਨਹੀਂ ਪਾਉਂਦਾ? ਜ਼ਿਆਦਾ ਨਹੀਂ ਪਾਉਂਦਾ, ਹੈ ਨਾ, ਜਿਹਦੀ ਫੇਸ ਵੈਲਿਊ ਹੁੰਦੀ ਹੈ ਉਹਦੀ ਕਦਰ ਪੈਰੀ ਹੁੰਦੀ ਹੈ। ਹਾਲਾਂਕਿ ਤੁਸੀਂ ਗਾਣਾ ਕੀਤਾ ਬੇਬੇ ਬਾਪੂ, ਹੈ ਨਾ, ਗਾਣਾ ਸਭ ਨੇ ਸੁਣਿਆ, ਪਰ ਫੇਸ ਵੈਲਿਊ ਵਾਲੇ ਬੰਦੇ ਦੀ ਪਛਾਣ ਹੈਗੀ ਹੈ, ਪਰ ਜਿਹਨੇ ਗਾਇਆ ਉਹਦੀ ਪਛਾਣ ਨਹੀਂ ਹੈ ਲੋਕਾਂ ਨੂੰ। ਬਿਲਕੁਲ ਬਿਲਕੁਲ, ਇੱਦਾਂ ਕਿਉਂ ਮਿਊਜ਼ਿਕ ਡਾਇਰੈਕਟਰ ਦੀ ਕਿਉਂ ਨਹੀਂ ਪੈਂਦੀ ਪਛਾਣ? ਦੇਖੋ ਪਤਾ ਕੀ ਚੱਕਰ ਹੁੰਦਾ ਵੀਰ ਜੀ, ਕਿਤੇ ਨਾ ਕਿਤੇ ਇਹ ਸੀਨ ਹੋ ਜਾਂਦਾ ਵਾ ਕਿ ਲੋਕ ਕੰਮ ਤੋਂ ਵੇਖ ਕੇ ਕੰਮ, ਜਿੱਦਾਂ ਕਿਸੇ ਨੇ ਬੰਦੇ ਨੇ ਹੁਣ ਸਾਡਾ ਗਾਣਾ ਸੀ ਬੇਬੇ, ਮੇਰੀ ਇਨਕੁਆਇਰੀ ਬਹੁਤ ਆਈ ਮੈਨੂੰ ਬੜਿਆਂ ਬੰਦਿਆਂ ਨੇ ਕਿਹਾ ਵੀ ਬਾਈ ਤੇਰਾ ਗਾਣਾ ਸੀ, ਤੇਰਾ ਲਿਖਿਆ ਸੀ, ਵਧੀਆ ਚੀਜ਼ ਆ। ਫਿਰ ਬੰਦਾ ਕਿਤੇ ਨਾ ਕਿਤੇ ਨਾ ਗੈਪ ਪੈ ਜਾਂਦਾ ਨਾ, ਜਦੋਂ ਕੰਮ 'ਚ ਸਾਡੇ ਕੰਮ 'ਚ ਬਹੁਤ ਗੈਪ ਪਿਆ, ਉਹ ਕਿਤੇ ਨਾ ਕਿਤੇ ਉਹ ਪਿੱਛੇ ਰਹਿ ਜਾਂਦਾ, ਜਾਂ ਮਿਊਜ਼ਿਕ ਵਾਲਾ ਲਾ ਲਓ ਜਾਂ ਸਿੰਗਰ ਲਾ ਲਓ, ਕੰਪੀਟੀਸ਼ਨ ਬਹੁਤ ਆ, ਤੁਹਾਨੂੰ ਰੋਜ਼ ਕੁਝ ਨਾ ਕੁਝ ਕਰਨਾ ਪੈਣਾ, ਮਤਲਬ ਤੁਹਾਨੂੰ ਕੰਟੈਂਟ ਵਧੀਆ ਦੇਣਾ ਪੈਣਾ। ਹੁਣ ਸਾਡਾ 6-7 ਮਹੀਨੇ ਦਾ ਗੈਪ ਪੈ ਗਿਆ, ਜਿਹੜੇ ਪਿਛਲੇ ਗਾਣੇ ਚੱਲੇ ਆ ਉਹ ਇੱਕ ਹਿਸਾਬ ਦੇ ਮਿੱਟੀ ਹੋ ਜਾਂਦੇ, ਜਿੰਨਾ ਕੰਪੀਟੀਸ਼ਨ ਆ ਮਹਾਰਾਜ ਤੁਹਾਨੂੰ ਮਹੀਨੇ 'ਚ 5 ਗਾਣੇ ਸੁੱਟਣੇ ਪੈਣੇ, ਫਿਰ ਜਾ ਕੇ ਤੁਹਾਡੀ ਫੇਸ ਵੈਲਿਊ ਬਣੂਗੀ, ਲੋਕਾਂ ਨੂੰ ਪਤਾ ਲੱਗੂਗਾ ਹਾਂ ਆਪਾਂ ਕਹਿੰਦੇ ਫਲਾਣਾ ਫਲਾਣੇ ਦਾ ਫੈਨ ਆ, ਢੀਂਗਣਾ ਢੀਂਗਣੇ ਦਾ ਫੈਨ, ਕੋਈ ਕਿਸੇ ਦਾ ਫੈਨ ਨਹੀਂ, ਜਿਹਦਾ ਚੱਲ ਗਿਆ ਲੋਕ ਉਹਦੇ ਫੈਨ, ਜਿਹੜਾ ਦਿਖਣ ਡਿਆ ਵਾ ਆਹ ਸੀਨ ਆ ਅੱਜ ਕੱਲ੍ਹ। ਅੱਛਾ, ਇਹ ਸਿੰਗਲ ਲਾਈਨ 'ਚ ਹੈ ਨਾ ਕਹਿੰਦੇ ਆ ਵੀ ਬੰਦੇ ਡੀਮੋਟੀਵੇਟ ਵੀ ਬਹੁਤ ਹੁੰਦੇ ਨੇ, ਹੈ ਨਾ, ਕਈ ਬੰਦੇ ਗਾਣੇ ਕਰਦੇ ਨੇ ਪਰ ਉਹਨਾਂ ਦੇ ਗਾਣੇ ਹੈ ਨਾ ਚੱਲਦੇ ਨਹੀਂ, ਅਤੇ ਉਹ ਡੀਮੋਟੀਵੇਟ ਹੋ ਕੇ ਇਸ ਕੰਮ ਤੋਂ ਛੱਡ ਜਾਂਦੇ ਨੇ। ਇਹ ਕਿੱਦਾਂ ਹੋਣਾ ਚਾਹੀਦਾ? ਉਤਾਰ ਚੜਾਅ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ, ਹੈ ਨਾ, ਇੱਕ ਧਾਰ ਲਓ ਵੀ ਮੈਂ ਕੰਮ ਕਿਹੜਾ ਕਰਨਾ ਆ, ਉਹਦੇ ਹੱਥ ਧੋ ਕੇ। ਤੁਹਾਡੇ ਨਾਲ ਇਹਦਾ ਨਹੀਂ ਹੋਇਆ ਵੀਰੇ? ਬਹੁਤ ਵਾਰ ਹੁੰਦਾ ਆ, ਡੀਮੋਟੀਵੇਟ ਵੀਰੇ ਕਰਦੇ ਵੀ ਆਪਣੇ ਹੀ ਆ ਨਾ, ਟੀਮ ਜੋ ਬਾਹਰ ਨਹੀਂ ਕੋਈ ਕਰੂਗਾ ਉਹੀ ਕਰੂ ਜਿਹਨੂੰ ਅਸੀਂ ਪੁੱਛਦੇ ਪਏ ਹਾਂ। ਬਿਲਕੁਲ, ਕਿਉਂ ਪੁੱਛਦੇ ਹਾਂ ਅਸੀਂ? ਅਸੀਂ ਸੋਚਿਆ ਆਹ ਕੰਮ ਕਰਨਾ ਅਤੇ ਕਰੋ ਗੱਲ। ਜਿਸ ਬੰਦੇ 'ਤੇ ਮਾਣ ਹੁੰਦਾ ਨਾ ਤੁਹਾਨੂੰ, ਲੱਕ ਵੀ ਉਹ ਤੋੜਦਾ। ਬਿਲਕੁਲ ਠੀਕ ਆ। ਦੂਜੀ ਗੱਲ, ਇਸ ਚੱਕਰ ਦੇ ਵਿੱਚ ਇਹ ਜਿਹੜੀ ਲਾਈਨ ਆ ਨਾ, ਤਪੱਸਿਆ ਆ, ਮੈਨੂੰ ਅੱਜ 8-9 ਸਾਲ ਹੋ ਗਏ ਲੱਗੇ ਨੂੰ, ਠੀਕ ਆ। ਸੜਕ 'ਤੇ ਤੁਸੀਂ ਕਦੀ ਵੇਖਿਓ ਕੁੱਤਾ ਮਰਿਆ ਵੇਖਦੇ ਜੇ ਤੁਸੀਂ ਕਦੀ ਬਿੱਲੀ ਮਰੀ ਨਹੀਂ ਵੇਖਦੇ? ਕਾਰਨ, ਕੁੱਤਾ ਡਬਲ ਮਾਈਂਡਡ ਹੁੰਦਾ, ਉਹਨੇ ਸੜਕ ਪਾਰ ਕਰਨੀ, ਉਹਨੇ ਸੜਕ ਦੇ ਵਿਚਕਾਰ ਖੜ੍ਹ ਜਾਣਾ ਆ ਕੇ ਵੀ ਮੈਂ ਪਾਰ ਕਰਾਂ ਕਿ ਨਾ ਕਰਾਂ, ਉਦੋਂ ਉੱਤੇ ਗੱਡੀ ਚੜ੍ਹ ਜਾਂਦੀ ਆਣ ਕੇ। ਬਿੱਲੀ ਡਬਲ ਮਾਈਂਡਡ ਨਹੀਂ ਹੁੰਦੀ, ਉਹਨੇ ਜੋ ਕਰਨਾ ਉਹ ਪਹਿਲੀਆਂ 'ਚ ਕਰ ਜਾਂਦੀ। ਜੇ ਤੁਸੀਂ ਲਾਈਫ 'ਚ ਡਬਲ ਮਾਈਂਡਡ ਹੋ ਗਏ ਕੋਈ ਕੰਮ ਕਰ ਰਹੇ ਜੇ, ਨਾ ਤੁਸੀਂ ਇੱਧਰ ਜੋਗੇ ਜੋ ਨਾ ਤੁਸੀਂ ਇੱਧਰ ਜੋਗੇ ਜੋ, ਇੱਕ ਚੀਜ਼ ਮਿੱਥ ਲਓ ਵੀ ਮੈਂ ਆਹ ਚੀਜ਼ ਕਰਨੀ ਭਾਵੇਂ ਉਹ ਕਿੱਡੀ ਵੀ ਵੱਡੀ ਆ। ਅੱਜ ਜਿਹੜੇ ਚੱਲੇ ਉਸ ਮਨ ਉਹਦੇ ਨਹੀਂ ਡਿੱਗੇ, ਇੱਥੋਂ ਹੀ ਗਏ, ਮਿਹਨਤ ਕੀਤੀ ਉਹਨਾਂ ਨੇ। ਮਿਹਨਤ ਕਰੋ, ਹਰ ਇੱਕ ਪਰਮਾਤਮਾ ਸਾਥ ਦਿੰਦਾ, ਤੁਸੀਂ ਸੋਚੋ ਕਿ ਤੁਸੀਂ ਕਰਨਾ ਕੀ ਆ। ਜੇ ਤੁਸੀਂ ਮਾੜਾ ਕੰਮ ਕਰਦੇ ਜੋ ਪਰਮਾਤਮਾ ਤੁਹਾਡਾ ਉਹ 'ਚ ਵੀ ਸਾਥ ਦਿੰਦਾ, ਜੇ ਤੁਸੀਂ ਚੰਗਾ ਕਰਦੇ ਜੋ ਪਰਮਾਤਮਾ ਤੁਹਾਡਾ ਉਹ 'ਚ ਵੀ ਸਾਥ ਦਿੰਦਾ। ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਸੋਚਣਾ, ਤੁਸੀਂ ਕੀ ਕਰਨਾ। ਇੱਕ ਚੀਜ਼ ਧਾਰ ਲਓ, ਬਸ ਉਹ 'ਤੇ ਮਿਹਨਤ ਕਰੀਓ, ਉਹ 'ਤੇ ਫੋਕਸ ਰੱਖੋ। ਅੱਛਾ, ਤੁਸੀਂ ਸਿੰਗਰ ਹੋ, ਹੈ ਨਾ, ਅੱਜ ਕੱਲ੍ਹ ਨਵੇਂ ਗਾਣੇ ਵੀ ਆ ਰਹੇ ਨੇ ਅਤੇ ਬਹੁਤ ਬੰਦੇ ਗਲਤ ਕੰਸੈਪਟ ਨੂੰ ਵੀ ਬਹੁਤ ਸਪੋਰਟ ਕਰਦੇ ਨੇ, ਸਹੀ ਕੰਸੈਪਟ ਨੂੰ ਤਾਂ ਕੋਈ ਸਪੋਰਟ ਨਹੀਂ ਕਰਦਾ ਇੱਥੇ ਵੀਰੇ। ਇੱਦਾਂ ਕਿਉਂ? ਅਸੀਂ ਸਾਡੀ ਬਹੁਤ ਜਿੱਦਾਂ
इंस्टाग्राम खोलो तो महाराज अपनी फैमिली इंस्टाग्राम नहीं खोल सकते ਤੁਹਾਨੂੰ ਇੱਕ ਯਾਰ ਜੇ ਮੈਂ ਇੰਸਟਾਗ੍ਰਾਮ ਖੋਲੀ ਪਤਾ ਨਹੀਂ ਕਿਹੜੀ ਸਾਉਂਡ ਆ ਜਾਣੀ ਆ ਹਨਾ ਡਰਦਾ ਬੰਦਾ ਇੱਥੋਂ ਤੱਕ ਤੁਸੀਂ ਕਿਤੇ ਸਾਡੀਆਂ ਰੀਲਾਂ ਵੇਖ ਲਿਓ ਸਾਉਂਡ ਚੈੱਕ ਕਰ ਲਿਓ ਮੈਂ ਬਹੁਤ ਅਸੀਂ ਤਿੰਨੇ ਬਹੁਤ ਘੱਟ ਹਾਂ ਸੋਸ਼ਲ ਮੀਡੀਆ 'ਤੇ ਘੱਟ ਹੁੰਦੇ ਉਹ ਡਰਾਮੇ ਹੁੰਦੇ ਹੀ ਨਹੀਂ ਬਾਕੀ ਬਾਈ ਅਸੀਂ ਕਹਿੰਦੇ ਹਾਂ ਮਾੜੀ ਚੀਜ਼ ਅੱਗੇ ਆਉਂਦੀ ਆ ਹਨਾ ਕਰਦਾ ਕੌਣ ਆ ਕਰਦਾ ਲੋਕ ਹੁਣ ਇੱਕ ਮਾੜੀ ਸਾਉਂਡ ਮਾੜਾ ਵੀ ਉਹਨੂੰ ਲੋਕ ਹੀ ਕਹਿੰਦੇ ਲੋਕ ਹੀ ਕਹਿੰਦੇ ਹਨਾ ਜੇ ਤੁਸੀਂ ਨੈਗੇਟਿਵਿਟੀ 'ਚ ਵੀ ਪੋਜ਼ਿਟਿਵਿਟੀ ਲੈ ਕੇ ਆਉਣੀ ਹੋਵੇ ਕਿਵੇਂ ਲੈ ਕੇ ਆਓਗੇ ਮੈਂ ਮੇਰੇ ਸਾਡੀ ਤਾਂ ਕੋਸ਼ਿਸ਼ ਹੁੰਦੀ ਆ ਹਨਾ ਬਾਕੀ ਲੋਕਾਂ ਦਾ ਆਪਾਂ ਦਿਲ ਨਹੀਂ ਪੜ੍ਹ ਸਕਦੇ ਹਨਾ ਉਹਨਾਂ ਨੂੰ ਕੀ ਚਾਹੀਦਾ ਕੀ ਨਹੀਂ ਤੁਹਾਨੂੰ ਪਤਾ ਹੀ ਆ ਸੌਂਡਾਂ ਕਿਹੜੀਆਂ ਚੱਲਦੀਆਂ ਪਈਆਂ ਰੀਲਾਂ 'ਤੇ ਮੇਰੇ ਕਹਿਣ ਦਾ ਮਤਲਬ ਲੋਕ ਚਲਾਈ ਜਾਂਦੇ ਨੈਗੇਟਿਵ ਨਾ ਉਸ ਜ਼ਿੰਦਗੀ 'ਚ ਪੋਜ਼ਿਟਿਵ ਰਹੋ ਤੁਸੀਂ ਚੰਗਾ ਕਰੋ ਕੋਈ ਬੰਦਾ ਜੋ ਕਰਦਾ ਉਹਨੂੰ ਕਰਦੇ ਰਹਿਣ ਮੁੜ ਕੇ ਪਤਾ ਕਿ ਹਰ ਇੱਕ ਬੰਦਾ ਕਹਿੰਦਾ ਮੇਰੀ ਲਾਈਫ ਬਿਲਕੁਲ ਆਪਣਾ ਤੁਸੀਂ ਕਰੋ ਇਹ ਸੋਚੋ ਵੀ ਤੁਹਾਡੇ ਬਾਰੇ ਲੋਕ ਕੀ ਸੋਚਦੇ ਆ ਤੁਸੀਂ ਕਿਹੜਾ ਕੰਮ ਕਰਨ ਡੇ ਲੋਕ ਉਹਨੂੰ ਕਿੱਦਾਂ 10 ਬੰਦੇ ਸੁਣਨ ਡੇ ਉਹ ਕਹਿੰਦੇ ਵਧੀਆ ਆ ਓਕੇ ਆ ਸੈਟੀਸਫਾਈਡ ਅੱਛਾ ਤੁਸੀਂ ਗਾਣਾ ਲਿਖਿਆ ਸੀ ਹਨਾ ਗੋਲ ਗੱਪੇ ਲਵ ਵੀਰੇ ਨੇ ਲਿਖਿਆ ਅਤੇ ਦੇਵ ਸੰਧੂ ਅਤੇ ਸੁਖਮਾਨ ਨੇ ਗਾਇਆ ਵੀ ਬਹੁਤ ਸੋਹਣਾ ਹੈ ਹਨਾ ਗੋਲ ਗੱਪਾ ਗਾਣਾ ਲਿਖਿਆ ਕੀ ਸੋਚ ਕੇ ਸੀਗਾ ਕਿੱਥੋਂ ਹੋਇਆ ਗੋਲ ਗੱਪਾ ਪਹਿਲਾਂ ਤਾਂ ਇਹ ਦੱਸੋ ਮੈਂ ਜਿਹਦੇ ਨਾਲ ਵੀਰੇ ਬੇਬੇ ਗਾਣਾ ਲਿਖਿਆ ਨਾ ਬੇਬੇ ਗਾਣਾ ਚਲੋ ਬਾਈ ਦੇ ਜਜ਼ਬਾਤ ਹੀ ਸਾਰੇ ਹਰ ਇੱਕ ਮਨ ਲਾ ਪੁੱਤ ਅਸੀਂ ਤਾਂ ਕਹਿੰਦੇ ਤਰੱਕੀ ਕਰੇ ਹਰ ਇੱਕ ਧੀ ਤਰੱਕੀ ਕਰੇ ਉਹ ਰਿਲੇਟਡ ਹੀ ਚੱਲ ਗਿਆ ਫਿਰ ਗੋਲ ਗੱਪੇ ਗਾਣਾ ਸਾਨੂੰ ਪਤਾ ਉਹ ਜ਼ਿੰਦਗੀ 'ਚ ਔਰ ਡੇਲੀ ਰੂਟੀਨ 'ਚ ਕੁੜੀਆਂ ਗੋਲ ਗੱਪੇ ਖਾਂਦੀਆਂ ਜਾਂ ਮੁੰਡੇ ਵੀ ਖਾਂਦੇ ਉਹ ਗਾਣਾ ਆਇਆ ਚੱਲ ਗਿਆ ਫਿਰ ਹੈਪੀ ਬਰਥਡੇ ਗਾਣਾ ਹੈ ਨਹੀਂ ਤੁਸੀਂ ਗੋਲ ਗੱਪੇ ਲਿਖੇ ਨਾ ਤੇਰੇ ਗੋਲ ਗੱਪੇ ਪੈਣੇ ਆ ਕਰਾਉਣੇ ਬੰਦ ਨਹੀਂ ਤੂੰ ਤਿੱਖਾ ਤਿੱਖਾ ਬੋਲੇ ਜੱਟ ਨੂੰ ਪੁੱਛੋ ਨਾ ਕਿਆ ਕਿ ਮੈਂ ਮਤਲਬ ਗੱਲ ਕਿੱਥੋਂ ਆਈ ਮਾਈਂਡ ਚ ਨਾ ਵੀਰ ਨੂੰ ਗੱਲ ਕੀ ਸੀ ਸਾਰੀ ਕਹਾਣੀ ਪੁੱਛੋ ਕਹਾਣੀ ਕੋਈ ਨਹੀਂ ਅੱਛਾ ਕਹਾਣੀ ਤਾਂ ਹੋਏਗੀ ਤੈਨੂੰ ਤਾਂ ਨਾ ਬੋਲੇ ਨਹੀਂ ਨਹੀਂ ਕੋਈ ਨਾ ਕੋਈ ਐਂ ਥੋੜ੍ਹੀ ਗਾਣੇ ਲਿਖੇ ਜਾਂਦੇ ਵੀਰਾ ਜੀ ਹੈ ਕੁਝ ਗਾਣੇ ਇੰਟਰਟੇਨਮੈਂਟ ਲਈ ਬਣਾਏ ਜਾਂਦੇ ਨਹੀਂ ਉਹਨਾਂ ਨੇ ਕਿਹਾ ਜਜ਼ਬਾਤ ਹੁੰਦੇ ਹਰੇਕ ਚੀਜ਼ ਇਹ 'ਚ ਜਜ਼ਬਾਤ ਹੈ ਲੱਗਦਾ ਨਹੀਂ ਤਿੱਖਾ ਤਿੱਖਾ ਬੋਲਿਆ ਲੱਗਦਾ ਉਹਦਾ ਕਿ ਗੋਲ ਗੱਪੇ ਖਾਈਏ ਨਾ ਜਦੋਂ ਉਹਦਾ ਬੰਦਾ ਤਿੱਖਾ ਹੋ ਜਾਂਦਾ ਜ਼ਿਆਦਾ ਹਨਾ ਤੇ ਉਹ ਗਾਣਾ ਰੇਡੀ ਵਾਲਾ ਭਈਆ ਵੀ ਕੁੜਤਾ ਹੋਏਗਾ ਫਿਰ ਤਾਂ ਜਜ਼ਬਾਤ ਉਹ ਤਾਂ ਇਹ ਹੀ ਜਾਣਦੇ ਮਹਾਰਾਜ ਮੈਂ ਤੁਸੀਂ ਨਾਲ ਹੀ ਗਿਆ ਅਸੀਂ ਤਾਂ ਗਾਤਾ ਤੁਸੀਂ ਲਿਖਿਆ ਸਟੋਰੀ ਟਾਈਮ ਨਹੀਂ ਨਾ ਤੇਰੇ ਨਾਲ ਸੋਚ ਕੇ ਲਿਖਿਆ ਗਾਣਾ ਨਾ ਅਸੀਂ ਲਿਖਿਆ ਤੇ ਬਣਾ ਲਿਆ ਦੇਵ ਨੇ ਅਸੀਂ ਨਾ ਇੱਥੇ ਸੀਗੇ ਕਿਤੇ ਅੱਛਾ ਜੋ ਤੁਸੀਂ ਦੇਵ ਨੂੰ ਇਹ ਗਾਣਾ ਹਨਾ ਸੁਣਾਇਆ ਤੇ ਦੇਵ ਦੇ ਖਿਆਲ 'ਚ ਵੀ ਇਹ ਹੋਏਗਾ ਵੀ ਇਹ ਗਾਣਾ ਕਿੱਥੋਂ ਆਇਆ ਗੋਲ ਗੱਪੇ ਗਾਣਾ ਇੱਕ ਗੋਲ ਗੱਪੇ ਦੇ ਗਾਣੇ ਬਣੇ ਬਹੁਤ ਘੱਟ ਉਹ ਗਾਣਾ ਨਾ ਅਸੀਂ ਜਦੋਂ ਕਿਹਨੂੰ ਸੁਣਾਇਆ ਉਹ ਕਹਿੰਦਾ ਵੀ ਇਹ ਕਿਹੜਾ ਗਾਣਾ ਇਹ ਕਿਹੜੇ ਗਾਣੇ ਗਾਣਾ ਇੱਦਾਂ ਹੀ ਦੇਵ ਜਦੋਂ ਮੁੜ ਕੇ ਅਸੀਂ ਗਾਣਾ ਛੱਡਤਾ ਤੇ ਬਾਈ ਰਾਤ ਹੀ ਉਹਨੂੰ 2-3 million ਟੱਪ ਗਏ ਰੀਲਾਂ ਰੂਲਾਂ ਬਣ ਗਈਆਂ ਮੁੜ ਕੇ ਅਸੀਂ ਚਲੋ ਵੀਡੀਓ ਕਰਤੀ ਉਹਦੀ ਫੋਨ ਫਾਨ ਆਉਣ ਲੱਗ ਪਏ ਬਾਈ ਗਾਣਾ ਦੇ ਦਿਓ ਸੇਲ ਕਰ ਦਿਓ ਉਹ ਕਰ ਦਿਓ ਪਰ ਇਹੀ ਵੀ ਮੇਰੇ ਕੋ ਕਈ ਸਿੰਗਰ ਗਾਣਾ ਮੰਗ ਰਹੇ ਵੀ ਤੂੰ ਗਾਣਾ ਦੇ ਦੇ ਫਿਰ ਮੈਨੂੰ ਇਹ ਵੀ ਜਿਹੜੇ ਗਾਣੇ ਨੇ ਤੁਹਾਡਾ ਨਾਂ ਬਣਾਇਆ ਨਾ ਬਿਲਕੁਲ ਉਹ ਗਾਣਾ ਨਹੀਂ ਦੇਣਾ ਚਾਹੀਦਾ ਜਿਹੜੀ ਚੀਜ਼ ਤੁਹਾਨੂੰ ਨਾਂ ਦੇ ਗਈ ਆ ਤੁਹਾਡੇ ਤੁਹਾਨੂੰ ਤੁਹਾਡਾ ਨਾਂ ਬਣਾਤਾ ਤਾਂ ਉਹ ਚੀਜ਼ ਫਿਰ ਜੇ ਤੁਸੀਂ ਕਿਸੇ ਦੂਸਰੇ ਬੰਦੇ ਨੂੰ ਦੇਂਦੇ ਫਿਰ ਰੱਬ ਵੀ ਕਹੂਗਾ ਵੀ ਮੈਂ ਤਾਂ ਤੈਨੂੰ ਮੌਕਾ ਦਿੱਤਾ ਸੀ ਹੁਣ ਤੂੰ ਅੱਗੇ ਕਦਰ ਨਹੀਂ ਪਾਈ ਮੈਂ ਕੀ ਕਰਾਂ ਅੱਛਾ ਹੈਪੀ ਬਰਥਡੇ ਗਾਣਾ ਹੈਨਾ ਜਿਹੜਾ ਸੀਗਾ ਉਹ ਕਿਹਦੇ ਹੈਪੀ ਬਰਥਡੇ ਦੇ ਛੱਡਿਆ ਸੀ ਪਹਿਲਾਂ ਇਹ ਦੱਸੋ ਉਹ ਬਾਈ ਦੇ ਲਵ ਵੀਰੇ ਦੇ ਹੈਪੀ ਬਰਥਡੇ ਬਰਥਡੇ ਛੱਡਿਆ ਸੀ ਉਹ ਟੀਜ਼ਰ ਛੱਡਿਆ ਨਾ ਟੀਜ਼ਰ ਬਣਾ ਕੇ ਛੱਡਿਆ 30 ਸੈਕਿੰਡ ਡਾਇਲੌਗ ਸੀ ਤੇ ਇੱਕ 27 ਡਾਇਲੌਗ ਸੀਗਾ ਤੁਸੀਂ ਸੁਣ ਲਿਆ ਅੱਜ ਕੱਲ ਕਾਫੀ ਡਾਇਲੌਗ ਕਿੱਦਾਂ ਸੀ ਮੈਨੂੰ ਮੜਾ ਦੱਸ ਡਾਇਲੌਗ ਕਿੱਦਾਂ ਸੀ ਹਾਂਜੀ ਕਿੱਦਾਂ ਸਾਰੇ ਬਰਥਡੇ ਆ ਰਿਹਾ ਆਪਣਾ ਗਿਫਟਾਂ ਦੀ ਖੇਚਲ ਨਾ ਕਰਿਓ ਪੈਸੇ ਸਿੱਧੇ ਅਕਾਊਂਟ 'ਚ ਪਾ ਦਿਓ ਗਿਫਟ ਮੈਂ ਆਪੇ ਲੈ ਲੈਣੇ ਆ ਨਾਲੇ ਆ ਜਾਓ ਫਿਰ ਕਰਦੇ ਹਾਂ ਪਾਰਟੀ ਨਹੀਂ ਇਹ ਇਹ ਤੁਸੀਂ ਡਾਇਲੌਗ ਤਾਂ ਸੋਚਿਆ ਹੁਣ ਤੁਸੀਂ ਦੱਸੋ ਸ਼ਾਇਰੀ ਹੁੰਦੀ ਹੈ ਜਿਹੜੀ ਡਾਇਲੌਗ ਹੁੰਦੇ ਉਹ ਤਾਂ ਜਜ਼ਬਾਤ ਹੀ ਹੁੰਦੇ ਨੇ ਗਾਣਾ ਮਰ ਲੈਂਦੇ ਆਪਾਂ ਹੈ ਪਰ ਇਹ ਕਿਨੂੰ ਤੁਸੀਂ ਦੱਸਿਆ ਸੀਗਾ ਵੀ ਗਿਫਟਾਂ ਦੀ ਖੇਚਲ ਨਾ ਕਰਿਓ ਇਹ ਹੀ ਕਿ ਕੋਈ ਜਿੱਦਾਂ ਸਾਊਂਡ ਚੱਲ ਰਹੀ ਆ ਉਹ 'ਚ ਡਾਇਲੌਗ ਆਈ ਬੋਲਤਾ ਭਾਵੇਂ ਉਹ ਡਾਇਲੌਗ ਚੱਲਿਆ ਭਾਵੇਂ ਉਹ ਗਾਣਾ ਚੱਲਿਆ ਉਹ ਉਹ ਇੱਕ ਤੁਹਾਡੀ ਲਾ ਲਓ ਵੀ ਤੁਹਾਡਾ ਨਾਂ ਜਿਹੜਾ ਵਾ ਉਹਦੇ 'ਚ ਬਣ ਜਾਂਦਾ ਵੀ ਆਹ ਫਲਾਣੇ ਬੰਦੇ ਦੀ ਸਾਊਂਡ ਆ ਹੁਣ ਜਦੋਂ ਗਾਣਾ ਪੂਰਾ ਕਰਨ ਲਈ ਨਾ ਕੁਝ ਚੀਜ਼ਾਂ ਆਪਾਂ ਨੂੰ ਉਦਾਂ ਵੀ ਐਡ ਕਰਨੀਆਂ ਪੈਂਦੀਆਂ ਐਡ ਕਰਨੀਆਂ ਪੈਂਦੀਆਂ ਜਾਂ ਮੇਰੇ ਜਜ਼ਬਾਤ ਹੋਣ ਜਾਂ ਇਹਦੇ ਹੋਣ ਆਪਾਂ ਕਿਸੇ ਦੇ ਜਜ਼ਬਾਤ ਲੈ ਕੇ ਆਪਾਂ ਗਾਣਾ ਇਹਦੇ ਜਜ਼ਬਾਤ ਦੀ ਜਜ਼ਬਾਤ ਦੀ ਅੱਗੇ ਨਾ ਆਪਣੇ ਆ ਰਹੇ ਗਾਣੇ ਰੋਮਾਂਟਿਕ ਵੀ ਆ ਰਹੇ ਆ ਨਾ ਉਹ ਗਾਣੇ ਆਪਾਂ ਬਾਅਦ ਮਿਲਾਂਗੇ ਗਾਣੇ ਤੋਂ ਬਾਅਦ ਉਹ ਗਾਣਾ ਸੁਣ ਕੇ ਤੁਸੀਂ ਪੁੱਛਿਓ ਵੀ ਬਾਈ ਆ ਕਿਹੜੀ ਫੀਲ 'ਚ ਲਿਖਿਆ ਕਿੱਦਾਂ ਲਿਖਿਆ ਫਿਰ ਦੱਸੂਗਾ ਮੇਰੀ ਗੱਲ ਸੁਣ ਚੱਕਵੇਂ ਗਾਣੇ ਹੁੰਦੇ ਕਿੰਨੇ ਕੁ ਕਲਾਕਾਰ ਆ ਜਿਨ੍ਹਾਂ ਦੇ ਪਰਚੇ ਆ ਉਹ ਸੋਚਦੇ ਆ ਆਪਾਂ ਸੋਚ ਕੇ ਉਹ ਗਾਣਾ ਬਣਾ ਸਕਦੇ ਹਾਂ ਉਹ ਇਹ ਕੋਈ ਵੱਡੀ ਗੱਲ ਨਹੀਂ ਆ ਅਤੇ ਪਰ ਮੈਂ ਤਾਂ ਇਹ ਸੋਚਦਾ ਵੀ ਜੇ ਤੁਸੀਂ ਗਾਣਾ ਬਣਾਉਣਾ ਕੁਝ ਵਧੀਆ ਸੋਚ ਕੇ ਲਿਖੋ ਅੱਛਾ ਤੁਸੀਂ ਚੱਕਵੇਂ ਗਾਣਿਆਂ ਦੀ ਗੱਲ ਕੀਤੀ ਅੱਜ ਕੱਲ੍ਹ ਚੱਕਵੇਂ ਗਾਣੇ ਬਹੁਤ ਆ ਰਹੇ ਨੇ ਹੈਨਾ ਪਰ ਆਪਾਂ ਦੇਖਦੇ ਹਾਂ ਬੱਚਾ ਜਨਰੇਸ਼ਨ ਇੱਦਾਂ ਦੀ ਹੈ ਵੀ ਹਾਂ ਬੱਚਿਆਂ ਨੂੰ ਦੇਖ ਲਓ ਚੱਕਵੇਂ ਗਾਣੇ ਸੁਣ ਕੇ ਪਤਾ ਨਹੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਕੀ ਗੱਲ ਸਹੀ ਹੁੰਦੀ ਹੈ ਇੱਕ ਸਿੰਗਰ ਲਈ ਵੀ ਚੱਕਵੇਂ ਗਾਣੇ ਹੱਦ ਤੱਕ ਠੀਕ ਰਹਿੰਦੇ ਨੇ ਪਰ ਦੇਖੋ ਡਿਮਾਂਡ ਡਿਮਾਂਡ ਹੁੰਦੀ ਲੋਕਾਂ ਦੀ ਹੁਣ ਤੁਸੀਂ ਵਿਆਹ 'ਚ ਸ਼ੋਅ ਕਰ ਰਹੇ ਅਤੇ ਉੱਥੇ ਲੋਕ ਤੱਤ ਨਹੀਂ ਤੁਸੀਂ ਗਾਓ ਜੇ
ਤੁਹਾਨੂੰ ਉਹ ਚੀਜ਼ਾਂ ਕਰਨੀਆਂ ਪੈਣੀਆਂ, ਤੁਸੀਂ ਇੱਕ ਗਾਣੇ ਦੇ 5 ਲੱਖ 10 ਲੱਖ ਲਾਉਣ ਦੇ ਜੋ, ਤੁਹਾਨੂੰ ਇਹ ਹੋਣਾ ਵੀ ਯਾਰ ਮੈਂ ਕਿਹੜੀ ਚੀਜ਼ ਕਰਾਂ। ਫਿਰ ਜੇ ਲੋਕਾਂ ਦੀ ਡਿਮਾਂਡ ਵਾ ਤੇ ਫਿਰ ਤੁਸੀਂ ਕਿਤੇ ਨਾ ਕਿਤੇ ਵੇਖਿਆ ਵੀ ਆ ਚਕਮਾ ਗਾਣਾ ਚੱਲ ਰਿਹਾ ਯਾਰ ਮੈਂ ਵੀ ਕਰਦਾ। ਤੇ ਮੈਂ ਸੋਚਦਾ ਕਿ ਗਾਣੇ ਨੂੰ ਚਲੋ ਜਿਹੜੇ ਬੱਚੇ ਹੁੰਦੇ ਕੋਰੇ ਕਾਗਜ਼ ਹੁੰਦੇ ਆ ਉਹ ਜੋ ਸੁਣਦੇ ਆ ਜੇ ਕੁਝ ਉਹਨਾਂ ਨੂੰ ਚੰਗਾ ਸਿਖਾਓਗੇ। ਇਹ ਤਾਂ ਚਾਹੀਦਾ ਜੀ ਆਪਣੀ ਫੈਮਿਲੀ ਨੂੰ, ਹਨਾ ਵੀ ਮੰਨ ਲਓ ਸਾਡਾ ਹੀ ਕੋਈ ਜਵਾਕ ਆ ਹਨਾ ਭਤੀਜਾ ਲਾ ਲਓ, ਜੇ ਆਪਾਂ ਨੂੰ ਉਹਨੂੰ ਆਪਾਂ ਕੁੱਟਮਾਰ ਵਾਲੀ ਚੀਜ਼ਾਂ ਸੁਣਾਈ ਜਾਵਾਂਗੇ ਉਹਦਾ ਦਿਮਾਗ ਉੱਧਰ ਚੱਲ ਜਾਣਾ, ਜੇ ਉਹਨੂੰ ਰੋਕਾਂਗੇ ਤੇ ਉਹ ਗਾਂ ਤੋਂ ਸੁਣੂਗਾ ਨਾ, ਹਨਾ ਆਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਇਹ ਕਿ ਚਲੋ ਪ੍ਰਭਾਵ ਤੇ ਪੈਂਦਾ ਆ ਬੱਚਿਆਂ ਦੇ ਪੈਂਦਾ, ਭਾਵੇਂ ਤੁਸੀਂ ਉਹਨੂੰ ਚੱਕਵੇਂ ਗਾਣੇ ਲਾ ਲਓ, ਸਾਡੇ 'ਤੇ ਵੀ ਇੱਕ ਅਸੀਂ ਵੀ ਚਲੋ ਉਹ ਦੌਰ 'ਚ ਲੰਘੇ ਸਾਡੇ 'ਤੇ ਵੀ ਪੈਂਦਾ ਇਹ ਪ੍ਰਭਾਵ, ਪਰ ਡਿਮਾਂਡ ਆ ਲੋਕਾਂ ਦੀ, ਡਿਮਾਂਡ 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 ਨੂੰ ਮੁੱਖ ਰੱਖ ਕੇ ਉਹ ਗਾਣੇ ਕਰਦੇ ਆ। ਅੱਛਾ ਜੀ ਗੱਲ ਕਰੀਏ ਹਨਾ, ਪੁਰਾਣੇ ਗਾਣਿਆਂ 'ਚ ਬਹੁਤ ਸਕੂਨ ਹੁੰਦਾ ਸੀ, ਅੱਜ ਦੇ ਗਾਣਿਆਂ 'ਚ ਕਹਿੰਦੇ ਸਕੂਨ ਨਹੀਂ ਹੁੰਦਾ। ਮੈਂ ਵੀਰੇ ਕੱਲ੍ਹ ਹੀ ਗਾਣਾ ਸੁਣ ਲਿਆ ਸੀ ਕੋਈ ਪੁਰਾਣਾ, ਵਾਕਈ ਗੱਲ 100% ਆ, ਅੱਜ ਦੇ ਗਾਣੇ ਦੀ ਲਾਈਫ ਖਤਮ ਹੋ ਗਈ। ਤੁਸੀਂ ਮੇਰਾ ਬੇਬੇ ਗਾਣਾ ਸੁਣਿਆ, ਤੁਹਾਨੂੰ ਅੰਦਰੋਂ ਕੁਛ ਨਾ ਕੁਛ ਇੱਦਾਂ ਦਾ ਫੀਲ ਹੋਊ ਕਿ ਯਾਰ ਮੈਂ ਜ਼ਿੰਦਗੀ 'ਚ ਕੁਛ ਕਰਾਂ। ਕੁਝ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਵਾ, ਮੈਂ ਐਤਵਾਰ ਗਾਣਾ ਤੁਸੀਂ ਸੁਣਿਆ ਹੋਣਾ ਮੇਰਾ ਨਿੱਕੇ ਹੁੰਦੇ ਐਤਵਾਰ ਦਾ ਚਾਹ ਹੁੰਦਾ। ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਸਾਡੇ ਨਾਲ ਰਿਲੇਟ ਹੁੰਦੀਆਂ, ਉਹ ਐਤਵਾਰ ਗਾਣਾ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਵਾਕਿਆ ਇੱਕ ਇਹ ਸੋਚੋਗੇ ਤੁਸੀਂ ਵਾਕਿਆ ਵੀ ਯਾਰ ਵਾਕਿਆ ਕਦੇ ਉਹ ਕਾਸ਼ ਉਹ ਐਤਵਾਰ ਆ ਜਾਏ। ਐਤਵਾਰ ਬਹੁਤ ਆਉਂਦੇ ਆ ਪਰ ਉਹ ਛੁੱਟੀ ਵਾਲਾ ਮਜ਼ਾ ਨਹੀਂ ਹੈਗਾ। ਅੱਛਾ ਤੁਸੀਂ ਸੁਣਨਾ ਕਿਹਨੂੰ ਪਸੰਦ ਕਰਦੇ ਹੋ ਸਭ ਤੋਂ ਜ਼ਿਆਦਾ? ਜਿਹਦਾ ਗਾਣਾ ਵਧੀਆ ਲੱਗੇ। ਨਹੀਂ ਕੋਈ ਇੱਕ ਹੁੰਦਾ ਨਾ ਜਿਹਨੂੰ ਬਚਪਨ ਤੋਂ ਹੀ ਸੁਣਦੇ ਆ ਰਹੇ ਹੋ। ਬੱਬੂ ਮਾਨ ਸਾਹਿਬ ਨੂੰ ਸੁਣ ਲਈਦਾ, ਬੱਬੂ ਮਾਨ ਸਾਹਿਬ ਨੂੰ, ਸਰਤਾਜ ਨੂੰ ਵੀ ਸੁਣ ਲਈਦਾ, ਸਰਤਾਜ ਭਾਈ ਨੂੰ, ਅਤੇ ਬਾਕੀ ਜਿਹੜਾ ਵਧੀਆ ਲੱਗੇ ਸੁਣਦੇ, ਚਾਹੇ ਕੋਈ ਨਵਾਂ ਹੀ ਹੋਵੇ, ਨਵਾਂ ਹੀ ਹੋਵੇ, ਵਧੀਆ ਮੈਟਰ ਹੋਵੇ ਜ਼ਰੂਰ ਸੁਣਨਾ। ਹਾਂ ਜਿਹੜੀ ਚੀਜ਼ ਵਧੀਆ ਉਹਨੂੰ ਸੁਣਦੇ। ਅੱਜ ਕੱਲ੍ਹ ਦੇ ਹੁਣ ਜਨਰੇਸ਼ਨ 'ਤੇ ਕਿਹੜਾ ਵਧੀਆ ਲੱਗ ਰਿਹਾ ਵੀ ਅੱਜ ਕੱਲ੍ਹ ਦੇ ਜਨਰੇਸ਼ਨ 'ਚ ਵੀ ਇਹ ਸਿੰਗਰ ਬਹੁਤ ਵਧੀਆ ਗਾਣੇ ਕੱਢ ਵੀ ਰਿਹਾ। ਮੈਂ ਜਦੋਂ ਕਿਸੇ ਦਾ ਗਾਣਾ ਸੁਣਦਾ ਨਾ ਮੈਂ ਨੋਟ ਕਰਦਾ ਵੀ ਲਫ਼ਜ਼ ਕੀ ਆ। ਰੀਸੈਂਟਲੀ ਕਿਹਦਾ ਵਧੀਆ ਲੱਗਿਆ? ਨਿਰਵੈਰ ਬਾਈ ਦਾ ਸੋਹਣਾ ਲੱਗਾ। ਹਾਂ ਉਹ ਵਧੀਆ ਨਿਰਵੈਰ ਬਾਈ। ਹਾਂ ਜੀ ਕੀ ਲੱਗਦਾ ਵੀ ਹਾਂ ਨਿਰਵੈਰ ਬਾਈ ਵਰਗੇ ਸਿੰਗਰ ਆਉਣੇ ਚਾਹੀਦੇ ਨੇ ਮਿਊਜ਼ਿਕ ਇੰਡਸਟਰੀ 'ਚ? ਨਹੀਂ ਇਹ ਜ਼ਰੂਰੀ ਨਹੀਂ ਆ। ਨਹੀਂ ਕੁਝ ਗਾਣੇ ਹੁੰਦੇ ਆ ਵੀ ਆਪਾਂ ਨੂੰ ਸਕੂਨ ਦਿੰਦੇ ਆ, ਵਧੀਆ ਲੱਗਦੇ ਆ, ਬੋਲਣ 'ਚ ਵੀ ਵਧੀਆ ਲੱਗਦੇ ਆ, ਉਹ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਆਪਾਂ, ਹਨਾ। ਕਦੇ ਕਿਸੇ ਦਾ ਗਾਣਾ ਗਾ ਕੇ ਸਕੂਨ ਮਿਲਿਆ ਹੋਵੇ? ਹਾਂ ਆਪਣਾ ਗਾਣਾ ਤਾਂ ਤੁਸੀਂ ਹਮੇਸ਼ਾ ਗਾਉਂਦੇ। ਹਾਂਜੀ ਹਾਂਜੀ ਕਦੇ ਕਿਸੇ ਹੋਰ ਦਾ ਗਾਣਾ ਮਿਲਦਾ ਬਈ? ਅਕਸਰ ਪ੍ਰੀਤਰਪਾਲ ਸਾਹਿਬ ਦੇ ਬੜੇ ਗਾਣੇ ਰੋਜ਼ ਸੁਣਾਉਂਦਾ ਗਾਣੇ ਉਹਨਾਂ ਦੇ ਮੈਂ। ਫਿਰ ਸੁਣਾ ਦਿਓ ਕੀ ਸੁਣਾ ਦਿਓ? ਕੁਛ ਵੀ ਸੁਣਾ ਦਿਓ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ। ਕਿਸੇ ਦਾ ਕਿ ਆਪਣਾ ਸੁਣਾ ਦਿਓ? ਆਪਣਾ ਵੀ ਸੁਣਾ ਦਿਓ, ਭਾਵੇਂ ਉਹਨਾਂ ਦੇ ਸੁਣਾ ਦਿਓ। ਬੇਬੇ ਸੁਣਾ ਦੀ ਬਾਈ ਨੇਚਰ ਕੀ ਸੁਣਾ? ਸਾਡਾ ਗਾਣਾ ਜਿਹੜਾ ਚੱਲਦਾ ਪਿਆ ਰੀਲਾਂ ਤੇ ਆਪਾਂ ਉਹ ਸੁਣਾਉਂਦੇ ਹੈਪੀ ਬਰਥਡੇ ਜੱਟਾ ਵੇ, ਹਨਾ। ਹਾਂਜੀ ਉਹ ਸੁਣਾਉਂਦੇ, ਦੋ ਲਾਈਨਾਂ ਸੁਣਾ। ਬੇਬੇ ਵੀ ਸੁਣਾ ਦਿਓ। ਬੇਬੇ ਵੀ ਸੁਣਾਵਾਂਗੇ ਜ਼ਰੂਰ। ਕਹਿੰਦਾ ਹਾਂ ਉਹ ਬੇਬੇ ਕਰਿਆ ਨਾ ਕਰ ਦਿਲ ਛੋਟਾ, ਉਹ ਬੜਾ ਕੁਝ ਕਹਿਣਾ ਹਾਲੇ ਲੋਕਾਂ, ਉਹ ਫਾਇਦਾ ਕੀ ਏ ਦੁਨੀਆ ਤੇ ਆਉਣ ਦਾ ਜੇ ਮੂਰੇ ਵਕਤਾਂ ਦੇ ਗੋਡੇ ਟੇਕ ਤੇ, ਉਹ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ, ਉਹ ਬੇਬੇ ਬਹੁਤਿਆਂ ਨੂੰ ਪੈਣਗੀਆਂ ਦੰਦਲਾਂ ਤੇਰੇ ਪੁੱਤ ਦੀ ਚੜ੍ਹਾਈ ਵੇਖ ਕੇ। ਹੋ ਮੁਬਾਰਕਾਂ ਤੈਨੂੰ ਮੇਰੇ ਵੱਲੋਂ ਲਵ ਚੰਨਣ ਕੇ ਲੱਖਾਂ ਵੇ, ਹੈਪੀ ਬਰਥਡੇ ਜੱਟਾ 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 ਵੇ। ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ ਤੁਸੀਂ ਇੰਨਾ ਸੋਹਣਾ ਗਾ ਲੈਂਦੇ ਹੋ ਹਨਾ, ਅਤੇ ਪੁਰਾਣੇ ਗਲੇ ਨੇ, ਮਤਲਬ ਇੱਕ ਕਹੀਏ ਨਾ ਗਲਿਆਂ ਦੀ ਸੰਭਾਲ ਹੁੰਦੀ ਆ, ਅਤੇ ਅੱਜ ਕੱਲ੍ਹ ਮਿਕਸਿੰਗ ਦੇ ਦੌਰ 'ਤੇ ਹੀ ਚੱਲੀ ਜਾ ਰਹੇ ਨੇ ਮੁੰਡੇ ਨਵੇਂ, ਕੀ ਲੱਗਦਾ ਵੀ ਹਾਂ ਗਾਇਕੀ ਕਿੱਥੇ ਜਾ ਰਹੀ ਹੈ? ਨਹੀਂ ਗਾਇਕੀ ਤਾਂ ਵੇਖੋ, ਮੈਂ ਤਾਂ ਇਹ ਚੀਜ਼ ਕਹਿੰਦਾ ਵੀ ਤੁਸੀਂ ਕਿਸੇ ਵੀ ਫੀਲਡ 'ਚ ਜਾਣਾ, ਸਿੰਗਿੰਗ 'ਚ ਆਉਣਾ, ਮਿਹਨਤ ਜ਼ਰੂਰੀ ਹੈ, ਮਿਹਨਤ ਜ਼ਰੂਰੀ। ਤੁਸੀਂ ਕਿਸੇ ਬੰਦੇ 'ਤੇ ਡਿਪੈਂਡ ਨਾ ਹੋ, ਆਪਣੇ ਵੱਲੋਂ ਤੁਸੀਂ ਕੋਈ ਕਸਰ ਨਾ ਛੱਡੋ। ਹੁਣ ਜਿੱਦਾਂ ਅਸੀਂ ਤਿੰਨ ਸਾਨੂੰ ਪਤਾ ਕਿ ਸਾਡੀ ਵੋਕਲ ਅਸੀਂ ਇੰਨਾ ਕੁ ਰਿਆਜ਼ ਕਰਦੇ ਹਾਂ, ਅਸੀਂ ਇੰਨਾ ਕੁ ਗਾ ਸਕਦੇ ਹਾਂ, ਅਸੀਂ ਉਹ ਚੀਜ਼ ਕਰਨੀ ਕਰਨੀ ਆ। ਜਿੱਦਣ ਤੁਸੀਂ ਰਿਆਜ਼ ਛੱਡਤਾ ਉੱਦਣ ਤੁਹਾਨੂੰ ਪਤਾ ਲੱਗ ਜਾਣਾ, ਦੋਵਾਂ ਦਿਨਾਂ ਬਾਅਦ ਲੋਕਾਂ ਨੂੰ ਪਤਾ ਲੱਗ ਜਾਣਾ ਇਹਦਾ ਛੁੜੇ ਦੇ, ਰਿਆਜ਼ ਜ਼ਰੂਰੀ ਹੈ। ਅੱਛਾ ਲਵ ਗੱਲ ਕਰੀਏ ਹੈਨਾ, ਦੇਵ ਦੀ ਅਤੇ ਸੁੱਖ ਦੀ ਹੈਨਾ, ਕੋਈ ਇੱਦਾਂ ਦੀ ਗੱਲ ਯਾਦ ਹੋਵੇ ਜਿਹੜੀ ਇਹਨਾਂ ਨੇ ਕਰਨੀ ਹੀ ਕਰਨੀ ਹੈ? ਮਨੀ ਜਿਹੜੀ ਇਹ ਹਰ ਇੱਕ ਥਾਂ 'ਤੇ ਕਰਦੇ ਨੇ, ਫਿਰ ਦੇਵ ਵੀ ਦੱਸੂਗਾ ਲਵ ਦੀ। ਇਹ
ਘੁੰਮਣ ਫਿਰਨ ਦੇ ਸ਼ੌਕੀਨ ਆ ਬੜੇ ਦੇਵ ਦੋਵੇਂ ਦੋਵੇਂ ਨਹੀਂ ਕੋਈ ਇੱਕ ਗੱਲ ਹੁੰਦੀ ਹੈ ਨਾ ਵੀ ਹਾਂ ਇਹ ਚੀਜ਼ ਇਹਨਾਂ ਨੇ ਕਰਨੀ ਜਿੱਥੇ ਮਰਜ਼ੀ ਚੱਲ ਜਾਓ ਇਹਨਾਂ ਕਰਨਗੇ ਕਰਨਗੇ ਇਹਨਾਂ ਨੇ ਜਦੋਂ ਕਿਤੇ ਜਾਣਾ ਨਾ ਇਹਨਾਂ ਵੇਖਣਾ ਵੀ ਇਹਨਾਂ ਦੇ ਮਤਲਬ ਦੀ ਚੀਜ਼ ਕਿਹੜੀ ਆ ਭਾਵੇਂ ਉਹ ਕੋਈ ਪਰਫਿਊਮ ਭਾਵੇਂ ਕੋਈ ਬੋਡੀ ਸਪਰੇ ਆ ਕੁਛ ਵੀ ਲਾ ਲਓ ਇਹਨਾਂ ਨੇ ਉਹ ਵੇਖਣੀ ਆ ਜਾ ਕੇ ਆਹ ਮੇਰਾ ਇੱਥੇ ਰਹਿ ਗਿਆ ਹੋਣਾ ਕਿਸੇ ਦਾ ਹੀ ਆ ਜੇ ਗੁਰਦੁਆਰਾ ਜੇ ਗੁਰਦੁਆਰਾ ਸਾਹਿਬ ਗਏ ਉੱਥੇ ਇੱਕ ਵੀਰ ਭਰਾ ਸੀ ਉਹਨੂੰ ਨਾ ਕਾਫੀ ਜਣੇ ਤੰਗ ਕਰਦੇ ਆ ਉਹ ਸ਼ਿਕਾਇਤ ਲਾ ਰਿਹਾ ਸੀ ਕਿਸੇ ਨੂੰ ਆਣ ਕੇ ਕਹਿੰਦਾ ਬਾਈ ਜੀ ਸਾਰੇ ਤੰਗ ਕਰਦੇ ਆ ਮਤਲਬ ਸਨੀ ਦੇ ਉਹਦੀ ਆਵਾਜ਼ ਉਹਦੀ ਆਵਾਜ਼ ਹੀ ਇਦਾਂ ਦੀ ਆ ਟਿਊਨ ਹੀ ਲੋਕਲੀ ਇਦਾਂ ਦੀ ਨਾ ਤੂੰ ਸੀਰੀਅਸ ਹੋ ਕੇ ਆਪਣੇ ਵੱਲੋਂ ਦੱਸਦਾ ਪਿਆ ਆਣ ਕੇ ਕਹਿੰਦਾ ਬਾਈ ਜੀ ਮੈਨੂੰ ਸਾਰੇ ਤੰਗ ਕਰਦੇ ਆ ਉਹ ਜਿਹਨੂੰ ਦੱਸਦਾ ਪਿਆ ਉਹ ਵੀ ਹੱਸ ਪਿਆ ਕਿਉਂ ਤੰਗ ਕਰਦੇ ਆ ਉਹ ਚੀਜ਼ ਦੀ ਉਹ ਬੋਲਦੇ ਪਏ ਸੀ ਅੱਛਾ ਕੋਈ ਲੱਭ ਦੀ ਇਦਾਂ ਦੀ ਗੱਲ ਹੋਵੇ ਮੇਰੀ ਪਤਾ ਇਹਨਾਂ ਨੂੰ ਮੋਹ ਕੋਈ ਇੱਕ ਲੱਭ ਦੀ ਵੀ ਇਦਾਂ ਦੀ ਲੱਭ ਦੀ ਇਦਾਂ ਦੀ ਗੱਲ ਆ ਜੇ ਇਹਨੂੰ ਕਹੀਏ ਨਾ ਵੀ ਤੈਨੂੰ ਆਹ ਲੀੜਾ ਕੱਪੜਾ ਨਹੀਂ ਜੱਚਦਾ ਇਹ ਨਹੀਂ ਸੁਣਦਾ ਇਹਨੇ ਕਹਿਣਾ ਠੀਕ ਆ ਚੱਲ ਭਰਾਵਾ ਚੱਲੀਏ ਕਿੱਦਾਂ ਵੀ ਆਹ ਚੀਜ਼ਾਂ ਇਹਦੀਆਂ ਅਸੀਂ ਅਸੀਂ ਸਾਡਾ ਦੋਵਾਂ ਦਾ ਹੁੰਦਾ ਸੀ ਜੇ ਅਸੀਂ ਕੱਪੜਾ ਲੈਣ ਜਾਣਾ ਨਾ ਕੋਈ ਤਾਂ ਅਸੀਂ ਭਾਵੇਂ ਦਿਨ ਦੀਆਂ 15 ਦੁਕਾਨਾਂ ਘੁੰਮ ਲਈਏ 15 ਸ਼ੋਰੂਮ ਘੁੰਮ ਲਈਏ ਪਤਾ ਦੇਵ ਜਦੋਂ ਆਪਣਾ ਸ਼ੂਟ ਹੀ ਗਾਣੇ ਦਾ ਅੱਛਾ ਲੇਟ ਕਿਹੜਾ ਕਰਾਉਂਦਾ ਤੁਹਾਡੇ ਚੋਂ ਦੋਵੇਂ ਕਿਉਂ ਦੋਵੇਂ ਮੈਂ ਚੰਗੀਆਂ ਹੀ ਸਾਰੀਆਂ ਤਕਰੀਬਨ ਕੋਈ ਇਹ ਨਹੀਂ ਕਿ ਕੋਈ ਇੱਕ ਗੱਲ ਚੰਗੀ ਸਾਰੀਆਂ ਚੰਗੀਆਂ ਵਾ ਨਹੀਂ ਕਦੇ ਇੱਕ ਇਹੋ ਜਿਹੀ ਗੱਲ ਚੰਗੀ ਲੱਗੀ ਜਿਹੜੀ ਬੀਤੀ ਹੋਵੇ ਜਾਂ ਫਿਰ ਯਾਦ ਹੋਵੇ ਬੀਤੀ ਜਿਵੇਂ ਕਈ ਵਾਰੀ ਨਾ ਇਹੋ ਜਿਹੇ ਟਾਈਮ 'ਤੇ ਖੜਿਆ ਹੁੰਦਾ ਬੰਦਾ ਵੀ ਹਾਂ ਹਾਂ ਨਹੀਂ ਸਾਡੇ ਮੇਰੇ ਮਾਤਾ ਜੀ ਜਿੱਦਾਂ ਨਾ ਪਿਛਲੇ 2 ਸਾਲ ਪਹਿਲਾਂ ਬੜੇ ਜ਼ਿਆਦਾ ਬਿਮਾਰ ਹੋ ਗਏ ਸਾਰਾ ਮਤਲਬ ਜਿੰਨਾ ਦੇਰ ਹੋ ਰਿਹਾ ਮੇਰੇ ਨਾਲ ਹੀ ਰਿਹਾ ਹੋਸਪਿਟਲ ਹੋਸਪਿਟਲ ਮੇਰੇ ਨਾਲ ਹੀ ਸਾਡਾ ਹੱਕ ਬਣਦਾ ਇੱਕ ਮਹੀਨਾ ਲਗਾਤਾਰ ਹੀ ਮੇਰੇ ਖਿਆਲ ਨਾਲ ਉਹ ਚੀਜ਼ਾਂ ਵੇਖੋ ਪਤਾ ਕੀ ਹੁੰਦਾ ਆਪਾਂ ਜ਼ਿੰਦਗੀ 'ਚ ਉਤਾਰ ਚੜਾਓ ਜਿੱਦਾਂ ਕਿਹਾ ਬੜੇ ਆਉਂਦੇ ਆ ਪਰ ਮੈਂ ਇਹ ਚੀਜ਼ ਕਹਿੰਦਾ ਕਿ ਜਿਹੜੇ ਬੰਦੇ ਨੇ ਤੁਹਾਡਾ ਸਾਥ ਦਿੱਤਾ ਨਾ ਉਹ ਬੰਦੇ ਦਾ ਸਾਥ ਨਾ ਕਦੇ ਛੱਡੋ ਜੇ ਅੱਜ ਦਿਨ ਮਾੜੇ ਆ ਅਤੇ ਚੰਗੇ ਵੀ ਆਉਣਗੇ ਮਾੜਾ ਸਮਾਂ ਪਰਖਦਾ ਬੰਦਿਆਂ ਨੂੰ ਬੰਦਿਆਂ ਤੋਂ ਡੰਗਰਾਂ ਦਾ ਨਹੀਂ ਆਉਂਦਾ ਡੰਗਰਾਂ ਦਾ ਕੰਮ ਹੈ ਉਹਨਾਂ ਬੱਝੇ ਰਹਿਣਾ ਬਸ ਬੰਦਿਆਂ ਦਾ ਬੰਦੇ ਨੂੰ ਹੁਣ ਜਿੱਦਾਂ ਅਸੀਂ 3 ਬੈਠੇ ਹਾਂ ਹੌਸਲਾ ਆ ਸੱਜੀਆਂ ਕੱਬੀਆਂ ਬਾਹਾਂ ਆ ਜੇ ਮਾੜਾ ਟਾਈਮ ਇਕੱਠਿਆਂ ਨੇ ਵੇਖਿਆ ਤਾਂ ਅਸੀਂ ਇਹਨੇ ਵੀ ਚੰਗਾ ਟਾਈਮ ਹੀ ਪਰਮਾਤਮਾ ਇਕੱਠਿਆਂ ਨੂੰ ਵਿਖਾਵੇ ਅਤੇ ਪੈਸੇ ਕਰਕੇ ਬੜੀਆਂ ਚੀਜ਼ਾਂ ਹੋ ਜਾਂਦੀਆਂ ਪਰ ਚਲੋ ਬੈਠੇ ਅਸੀਂ ਕਦੀ ਮੈਂ ਆਪਣੀ ਜ਼ਿੰਦਗੀ 'ਚ ਕਦੀ ਪੈਸੇ ਨੂੰ ਪਹਿਲ ਨਹੀਂ ਦਿੱਤੀ ਅਤੇ ਕਿਰਪਾ ਰਹੀ ਪਰਮਾਤਮਾ ਦੀ ਅੱਜ ਤੱਕ ਇੱਕ ਦੂਜੇ ਨੂੰ ਮੈਨੇਜ ਕਰ ਲੈਂਦੇ ਇੰਨਾ ਕੁ ਮਹਾਰਾਜ ਦੀ ਕਿਰਪਾ ਆ ਅੱਜ ਦੇ ਸਮੇਂ 'ਚ ਇੱਦਾਂ ਦੇ ਜਿੱਦਾਂ ਸਾਡਾ ਤਿੰਨਾਂ ਦਾ ਪਿਆਰ ਵਾ ਜੇ ਇਹ ਕਹਿਣਗੇ ਕਿ ਕੋਈ ਸਾਡੇ ਵਰਗਾ ਮੇਰੇ ਵਰਗਾ ਯਾਰ ਇਹ ਅੱਜ ਬਣਾ ਲੈਣਗੇ ਉਹ ਸਮਾਂ ਨਹੀਂ ਜੇ ਮੈਂ ਕਹੂੰਗਾ ਕਿ ਮੈਂ ਇਹਨਾਂ ਵਰਗੇ ਬੰਦੇ ਫਿਰ ਹੁਣ ਬਣਾ ਲਉਂ ਉਹ ਸਮਾਂ ਪਿਆਰ ਜਿਹੜਾ ਅੱਜ ਕੱਲ੍ਹ ਲੋਕ ਆਉਂਦੇ ਤੁਹਾਡੇ ਨਾਲ ਮਤਲਬ ਕਰਕੇ ਜ਼ਿਆਦਾਤਰ ਮੈਂ ਸਾਰੇ ਨਹੀਂ ਕਹਿੰਦਾ ਪਰ ਮੈਂ ਇਹ ਕਹਿੰਦਾ ਵਾਂ ਕਿ ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਭਰਾਵਾਂ ਦਾ ਪਿਆਰ ਬਣਿਆ ਰਹੇ ਬਾਕੀ ਤਾਂ ਸਾਰੀਆਂ ਚੀਜ਼ਾਂ ਆ ਹੀ ਜਾਣੀਆਂ ਇਕੱਲਾ ਬੰਦਾ ਕਿਸੇ ਜੁਗਾ ਨਹੀਂ ਪਿਆਰ ਕਿੰਨੇ ਸਾਲਾਂ ਤੋਂ ਹੈ ਤਿੰਨਾਂ ਦੇਵ ਆਪਾਂ ਨੂੰ ਤੇ ਹੋ ਗਏ 6-7 ਸਾਲ ਸੱਤ ਹੀ ਹੋ ਗਏ 7 ਸਾਲ ਹੋ ਚੱਲੇ ਬਾਈ ਜੀ ਆਪਾਂ ਨੂੰ ਖੁਦ ਨੂੰ ਚਾਹੀਦਾ ਨਾ ਆਪਾਂ ਨੂੰ ਆਪਾਂ ਉਹ ਮੈਨੇਜ ਤੁਹਾਨੂੰ ਮੈਂ ਦੱਸਿਆ ਅਸੀਂ ਕਰ ਲੈਂਦੇ ਹਾਂ ਜੇ ਮੰਨ ਲਓ ਮੈਨੂੰ ਕੋਈ ਗੱਲ ਕਹਿ ਰਿਹਾ ਵਾ ਵੀ ਇਹਦੇ ਖਿਲਾਫ ਮੈਂ ਇਹਦੇ ਹਾਈਪਰ ਨਹੀਂ ਹੋਣਾ ਜ਼ਿਆਦਾ ਮੈਂ ਜਾ ਕੇ ਯਾਰ ਮੈਂ ਬੰਦਾ ਆਹ ਗੱਲ ਕਹਿ ਰਿਹਾ ਵਾ ਵੀ ਆਹ ਸਹੀ ਆ ਜਾਂ ਕਿੱਦਾਂ ਇਹਨੇ ਮੈਨੂੰ ਉਸ ਹਿਸਾਬ ਨਾਲ ਟ੍ਰੀਟ ਕਰ ਲੈਣਾ ਬਸ ਦੈਨ ਗੱਲ ਖਤਮ ਵੇਖੋ ਪਤਾ ਕੀ ਚੱਕਰ ਆ ਲੋਕ ਜਦੋਂ ਕਿਸੇ ਦਾ ਕਿਸੇ ਨਾਲ ਪਿਆਰ ਹੁੰਦਾ ਤੋੜਨ ਆਉਂਦੇ ਆ ਟੀਮ ਹਰੇਕ ਨਾਲ ਹੀ ਹੁੰਦੀ ਹੈ ਚੀਜ਼ ਇੱਦਾਂ ਇਕੱਠੇ ਰਹਿਣਾ ਬਹੁਤ ਔਖਾ ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਨਹੀਂ ਪਰ 7 ਸਾਲ ਹੋ ਗਏ ਨਾ ਤੁਹਾਨੂੰ ਰਹਿੰਦੇ ਹੋਏ ਵੇਖੋ ਪਿਆਰ ਆ
ਪਰਮਾਤਮਾ ਅੱਗੇ ਵੀ ਬਣਾਈ ਰੱਖੇ ਸਾਡੇ ਤੇ ਅਰਦਾਸ ਆ। ਕੋਈ ਵੀ ਚੀਜ਼ ਵਾ ਪਹਿਲਾਂ ਇਹ ਵੇਖੋ ਵੀ ਯਾਰ ਅੱਗੇ ਬੰਦੇ ਨੇ ਇਹ ਚੀਜ਼ਾਂ ਨੇ ਕੀਤੀਆਂ ਤਾਂ ਹੁਣ ਕਿੱਦਾਂ ਕਰਦੇ, ਅਤੇ ਪਹਿਲਾਂ ਆਪ 'ਚ ਆਪੋ ਵਿੱਚ ਕਲੀਅਰ ਕਰੋ। ਅੱਛਾ ਲਵ ਤੁਸੀਂ ਲਿਖਦੇ ਹੋ ਹੈ ਨਾ, ਕੋਈ ਇੱਦਾਂ ਦੀ ਚੀਜ਼ ਹੁਣ ਨਵੀਂ ਲਿਖੀ ਹੋ ਰੀਸੈਂਟਲੀ ਜਿਹੜੀ ਸੁਣਾਉਣਾ ਚਾਹੁੰਦੇ ਹੋ? ਤਕਰੀਬਨ ਚੀਜ਼ਾਂ ਮੈਂ ਲਿਖਦਾ ਰਹਿੰਦਾ ਵਾਂ, ਕੋਈ ਸ਼ਾਇਰੀ ਪਾਉਂਦੇ ਰਹਿੰਦੇ। ਇੱਕ ਗਾਣਾ ਸੀਗਾ ਮੇਰਾ, ਹਾਂਜੀ, ਓਏ ਆਪਣਾ ਬਣ ਕੇ ਠੱਗਿਆ ਜਿੰਨਾ, ਮਤਲਬ ਮੇਰੇ ਤੋਂ ਕੱਢਿਆ ਜਿੰਨਾ, ਆਪਣਾ ਬਣ ਕੇ ਠੱਗਿਆ ਜਿੰਨਾ, ਮਤਲਬ ਮੇਰੇ ਤੋਂ ਕੱਢਿਆ ਜਿੰਨਾ, ਅਸੀਂ ਦੇਣੀ ਸਜ਼ਾ ਉਹਨਾਂ ਨੂੰ, ਦੁਨੀਆ ਸਾਰੀ ਵੇਖੇ ਮੈਂ ਮਾਫ਼ ਨਹੀਂ ਕਰਨੇ, ਜਿੰਨਾ ਕੀਤੇ ਮੇਰੇ ਨਾਲ ਧੋਖੇ ਮੈਂ ਮਾਫ਼ ਨਹੀਂ ਕਰਨੇ, ਜਿੰਨਾ ਖੇਡੀਆਂ ਮੇਰੇ ਨਾਲ ਚਾਲਾਂ ਮੈਂ ਮਾਫ਼ ਨਹੀਂ ਕਰਨੇ। ਇੱਕ ਲਿਖੀ ਸੀ ਬਾਈ ਜੀ ਆਪਣੇ ਫਾਦਰ ਸਾਹਿਬ ਤੇ, ਬਹੁਤ ਪਿਆਰ ਕਰਦਾ ਮੈਂ ਉਹਨਾਂ ਨੂੰ, ਬਸ ਵੇਖੋ ਇੱਕ ਕੀ ਕਹਿੰਦੇ ਹੁੰਦੇ, ਬੋਲਿਆ ਨਹੀਂ ਜਾਂਦਾ, ਬੋਲ ਕੇ ਨਹੀਂ ਦੱਸਿਆ ਜਾਂਦਾ ਵੀ ਮੈਂ ਫਾਦਰ ਸਾਹਿਬ ਨੂੰ ਕਿੰਨਾ ਪਿਆਰ ਕਰਦਾ। ਲਾਈਨਾਂ ਲਿਖੀਆਂ ਸੀ, ਹੈਗਾ ਗਾਣਾ ਹੀ ਆ ਪੂਰਾ, ਮੈਂ ਬੋਲ ਕੇ ਸੁਣਾਊਂਗਾ। ਕਹਿੰਦਾ ਦੁਨੀਆ 'ਤੇ ਤੇਰੀ ਟੌਰ ਬਣਾਉਣੀ ਇਹੀ ਮੇਰਾ ਸੁਪਨਾ ਆ, ਜਦ ਤੱਕ ਚੱਲਦੇ ਸਾਹ ਮੇਰੇ ਪੁੱਤ ਤੇਰੇ ਨੇ ਨਾ ਰੁਕਣਾ ਆ, ਸਾਰੀ ਦੁਨੀਆ ਬਾਪੂ ਤੈਨੂੰ ਪਿਓ ਦੇਵ ਸੰਧੂ ਦਾ ਆਖੂ, ਜਿਹਨੂੰ ਮੈਂ ਰੱਬ ਮੰਨਦਾ ਹਾਂ ਉਹ ਹੈ ਮੇਰਾ ਬਾਪੂ, ਜਿਹਨੂੰ ਮੈਂ ਰੱਬ ਮੰਨਦਾ ਹਾਂ ਉਹ ਹੈ ਮੇਰਾ ਬਾਪੂ। ਇਹ ਚੀਜ਼ਾਂ ਮੈਂ ਤਾਂ ਕਹਿੰਦਾ ਕਿ ਹਰ ਇੱਕ ਇਨਸਾਨ ਨੂੰ, ਜਿਹੜਾ ਬਾਕੀ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਪਰ ਇੱਕ ਮਾਂ ਪਿਓ ਦਾ ਨਾ ਜਿਹੜੇ ਉਹਨਾਂ ਨਾਲ ਪਿਆਰ ਜ਼ਿਆਦਾ ਬਣਾਈ ਰੱਖੋ। ਜਿੱਦਾਂ ਮੰਨ ਲਓ ਆਪਾਂ ਸਾਰਿਆਂ ਨੂੰ ਬਾਹਰ ਜਿਤਾਉਂਦੇ ਰਹਿੰਦੇ ਯਾਰ ਮੇਰਾ ਉਹਨਾਂ ਬੜਾ ਪਿਆਰ, ਅਸੀਂ ਕਦੇ ਇਹ ਨਹੀਂ ਕਹਿੰਦੇ ਵੀ ਸਾਡੇ ਮਾਂ ਪਿਓ ਨਾਲ ਸਾਡੇ ਕਿੰਨਾ ਪਿਆਰ, ਅਸੀਂ ਕਦੇ ਇਹ ਨਹੀਂ ਕਹਿੰਦੇ ਸਾਡੀ ਸਾਡੀ ਮਾਂ ਨਾਲ ਸਾਡਾ ਕਿੰਨਾ ਪਿਆਰ ਆ, ਸਾਡੇ ਪਿਓ ਨਾਲ ਸਾਡਾ ਕਿੰਨਾ ਪਿਆਰ ਆ, ਅਤੇ ਬਾਕੀ ਸਾਰੀਆਂ ਚੀਜ਼ਾਂ ਸਹਿ ਬਾਅਦ 'ਚ ਮਾਂ ਪਿਓ ਪਹਿਲਾਂ। ਅੱਛਾ ਲਵ ਆਪਾਂ ਗੱਲ ਕਰੀਏ ਹੈ ਨਾ, ਦੇ ਵੀ ਅੱਜ ਕੱਲ੍ਹ ਮਿਊਜ਼ਿਕ ਇੰਡਸਟਰੀ ਹੈ ਨਾ, ਬੋਲੀਵੁੱਡ ਮਿਊਜ਼ਿਕ ਇੰਡਸਟਰੀ ਇੰਨੀ ਉੱਪਰ ਜਾ ਰਹੀ ਹੈ, ਬਿਲਕੁਲ ਉਹਨਾਂ ਦੇ ਟਰੈਕਸ ਬਹੁਤ ਘੱਟ ਆਉਂਦੇ ਨੇ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਤਾਂ ਬਹੁਤ ਟਰੈਕਸ ਆਉਂਦੇ ਨੇ ਡੇਲੀ, ਉਹ ਕਿਉਂ ਨਹੀਂ ਅੱਪ ਜਾ ਰਹੀ? ਦੇਖੋ ਜਿਹੜੀ ਬੋਲੀਵੁੱਡ ਇੰਡਸਟਰੀ ਦੀ ਗੱਲ ਕਰਦੇ ਜੋ, ਉਹ ਵੀ ਸਾਡੇ ਬੰਦੇ ਨੇ ਚਲਾਈ ਹੈ ਇੱਥੋਂ ਜਾ ਕੇ। ਆਪਣੇ ਪੰਜਾਬ ਤੋਂ ਤੁਸੀਂ ਕੋਈ ਵੀ ਫਿਲਮ ਚੱਕ ਲਓ ਪੰਜਾਬੀ ਗਾਣਾ ਵਿੱਚ ਉਹਦੇ ਹੋਊਗਾ, ਹਰ ਇੱਕ ਬੰਦਾ ਆਪਣਾ ਜ਼ਿਆਦਾਤਰ ਪੰਜਾਬ ਤੋਂ ਜਾ ਕੇ ਉੱਥੇ ਜਾ ਕੇ ਬੈਠਾ ਹੈ, ਕੋਈ ਵੀ ਲਾ ਲਓ ਜਾਂ ਦਲਜੀਤ ਆਪਣੇ ਦਲਜੀਤ ਭਾਜੀ ਪੰਜਾਬ ਦੇ ਕਿੰਗ ਉੱਥੇ ਬੈਠੇ ਆ, ਵਧੀਆ ਸਿਸਟਮ ਜਿਹੜੀ ਆਪਾਂ ਨਹੀਂ, ਪਰ ਉਹਨਾਂ ਨੇ ਇੱਕ ਪੰਜਾਬ ਦਾ ਹੈ ਨਾ ਨਾਮ ਵੀ ਬਹੁਤ ਬਹੁਤ ਉੱਚਾ ਬਾਈ ਜੀ ਬਾਲੀਵੁੱਡ 'ਚ। ਬਾਕੀ ਜਿਹੜੇ ਆਪਾਂ ਕਹਿ ਰਹੇ ਵੀ ਆਪਣੇ ਟਰੈਕ ਆਉਂਦੇ ਜਿੱਦਾਂ ਰੋਜ਼ 30 ਗਾਣੇ ਆਉਂਦੇ, ਵੇਖੋ ਜਾਂ ਤਾਂ ਉਹਨਾਂ ਗਾਣਿਆਂ ਨੂੰ ਉਸ ਤਰੀਕੇ ਨਾਲ ਲਾਂਚ ਨਹੀਂ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਉਹ ਆਉਣੇ ਚਾਹੀਦੇ ਆ। ਹੁਣ ਇੱਕ ਵਧੀਆ ਚੀਜ਼ ਆ, ਇੱਕ ਬੰਦੇ ਨੇ 10 ਲੱਖ ਰੁਪਈਆ ਪ੍ਰੋਜੈਕਟ 'ਤੇ ਲਾਤਾ, 20 ਲਾਤਾ, ਜੇ ਤੁਸੀਂ ਉਹਨੂੰ ਪ੍ਰੋਪਰਲੀ ਲਾਂਚ ਨਾ ਕਰੋਗੇ ਉਹ ਨਹੀਂ ਚੱਲੂਗਾ। ਇਹ ਜ਼ਰੂਰੀ ਹੁੰਦੀਆਂ ਚੀਜ਼ਾਂ, ਜਿੱਦਾਂ ਕੁਝ ਕੁ ਗਾਣੇ ਹੁੰਦੇ ਜਿਨ੍ਹਾਂ ਨੂੰ ਪ੍ਰਮੋਸ਼ਨ ਦੀ ਲੋੜ ਨਹੀਂ ਹੁੰਦੀ, ਅਤੇ ਸਾਡੀ ਕੋਸ਼ਿਸ਼ ਇਹੋ ਰਹੀ ਹੈ ਕਿ ਵੇਖੋ ਸਾਡੀ ਤਾਂ ਵੀ ਜਦੋਂ ਤੱਕ ਵੀ ਗਾਈਏ ਵਧੀਆ ਗਾਈਏ, ਇੱਕ ਹੱਦ 'ਚ ਰਹਿ ਕੇ ਗਾਈਏ, ਜਾਂ ਇਹ ਨਹੀਂ ਕਿ ਜੇ ਅੱਜ ਗਾਣੇ ਨਹੀਂ ਚੱਲੇ ਤਾਂ ਅਸੀਂ ਕੁਝ ਉਹ ਉਹ ਉੱਦਾਂ ਦੀਆਂ ਚੀਜ਼ਾਂ ਕਰੀ ਜਾਈਏ ਜਿਹੜੀਆਂ ਵੀ ਅਸੂਲਾਂ ਦੇ ਖਿਲਾਫ਼ ਆ, ਬੜੇ ਘਾਟੇ ਖਾਧੇ ਅਸੂਲਾਂ ਕਰਕੇ ਜ਼ਿੰਦਗੀ 'ਚ, ਅਤੇ ਕੋਸ਼ਿਸ਼ ਕਰਦੇ ਹਾਂ ਕਿ ਥੋੜ੍ਹਾ ਗਾਈਏ ਪਰ ਵਧੀਆ ਗਾਈਏ। ਅੱਛਾ ਲਵ ਅਤੇ ਦੇਵ ਨੇ ਤਾਂ ਆਪਣੀ ਗੱਲਾਂ ਹੈ ਨਾ ਦੱਸਤੀ, ਸੋ ਕੋਈ ਬਚਪਨ ਦੀ ਗੱਲ ਯਾਦ ਹੋਵੇ ਆਪਣੀ ਵੀ ਹਰਕਤ ਕੀਤੀ ਹੋਏਗੀ, ਕਿਉਂਕਿ ਇਹ ਲੱਗਦੇ ਨੇ ਇਹ ਜਿਹੀਆਂ ਗੱਲਾਂ ਨਹੀਂ ਪੁੱਛੀ ਦੀਆਂ ਉਸਤਾਦ ਜੀ। ਉਹ ਨਹੀਂ ਬਹੁ ਕੋਈ ਇੱਦਾਂ ਦੀ ਚੀਜ਼ ਯਾਦ ਹੁੰਦੀ ਹੈ ਨਾ ਵੀ ਹਾਂ ਇਹ ਨਜ਼ਾਰੇ ਵੀ ਲੁੱਟੇ ਸੀਗੇ। ਪੰਜਾਂ ਰੁਪਈਆਂ ਵਾਲੀ ਗੱਲ ਦੱਸੋ ਭਾਈ, ਉਹ ਭਾਈ ਮੇਲੇ ਮੇਲਾ ਵੇਖਣ ਗਏ, ਮੇਲਾ ਲੁੱਟਿਆ ਜਿਹੜਾ 5 ਰੁਪਏ 5 ਰੁਪਏ ਲੁੱਟਿਆ ਮੋਟਰ ਦੇ ਲਾਗੇ ਸਾਡਾ ਹੁੰਦਾ ਸੀ ਫਾਰਮ ਹੁੰਦਾ ਸੀ, ਜਿੱਦਾਂ ਮੁਰਗੇ ਰੱਖੇ ਹੁੰਦੇ ਨਾ ਪਿੰਡਾਂ 'ਚ, ਫਾਰਮ ਸੀ ਛੋਟਾ ਬਾਹਲਾ ਵੱਡਾ ਨੀ, ਤੇ ਪਾਪਾ ਗਏ ਬਾਹਰ, ਬਾਪੂ ਹੁਣੀ ਹੈ ਨਹੀਂ ਸੀ ਘਰੇ ਅਤੇ ਪੈਸੇ ਹੈ ਨਹੀਂ ਮੇਰੇ ਤੋਂ ਕੋਈ ਵੀ, ਅਤੇ ਇੱਕ ਦੋ ਜਣਾ ਆਇਆ ਕਹਿੰਦਾ ਕਿ ਯਾਰ ਸਾਰੇ ਨਾ ਕੰਟੀਨਿਊ ਗਾੜੀ ਦੱਸੋ ਗਾੜੀ ਕਦੋਂ ਆਇਆ ਬਾਪੂ ਫਿਰ ਉਹ ਗੱਲ ਨਹੀਂ ਉਹ ਦੱਸ ਲੈਂਦਾ ਉਹ ਤੇਰਾ ਭਲਾ ਕਦੋਂ ਬੰਦੇ ਆਏ ਕਹਿੰਦੇ ਪਏ ਕੋਲ ਹਾਂ ਹਾਂ ਦੱਸ ਮੁਰਗੇ ਰੱਖੇ ਹੁੰਦੇ ਸੀ ਕਾਫੀ
मेरे को पैसा है नहीं कोई भी, है ना, बाहर मेला वा पिंड काफ़ी बड़ा मेला लगता हूँ सी वो बस करो हाँ दस यार हाँ चुप कर भाई गल सुन डाटा सूए जब हाँ जी कंटिन्यू मतलब वो आए थे कहते कि फादर साहब कितने मैं है नहीं करे की काम वापस चले मैं की काम कहते ना मुर्गे लेने से कि शाम को उदा बाडी बूटी कुछ भी तो मैं दे दते है ना तो कोई पैसों का हिसाब नहीं मैं जिन्हें है मैं लै ले जाके सारा दिन मेले नज़ारे ले नज़ारे ले शामी आया घर फादर साहब इन्ने मुर्गे खटे मैं मैं नहीं पता गाला बहुत नज़ारे बहुत ले पेज क्या भीर ने रुपये का मुर्गा देता हाँ गल तो लोड़ पई गई चीज की कहता किन्ने का मैं क्या तुम किन्ने का लेने क्या मेरे को है 10 रुपये मैं 2 हज़ार पंजा का एक मुर्गा बेचता भीर ने अच्छा जाते जाते है ना लाभ देव तो सुख साढ़े प्लेटफॉर्म राय कुछ कहना चाहोगे वीरे बहुत वधिया लगा थोड़े नाल गल करके अगे भी आपां इंटरव्यू बहुत कीतियां वा बट भाई नाल मिलके बहुत वधिया लगा गल्लां बातां घेंट रहीयां सो भाई खुद आर्टिस्ट आ हां एक ए भी बड़ी वधिया गल आ वीरा खुद आर्टिस्ट परमात्मा तुहानूं भी तरक्की बख्शे ते वेट रहो जिहड़े तुहाडे प्रोजेक्ट आउणे आ ते सारयां नूं ही अपील करदे आ जिहड़ी नौजवान पीढ़ी आ नशियां तों दूर रहो ते ठंडे रहो खास करके बहुत तत्ते खून अज कल चलण डिया ठंडे रहो तो माँ प्यो माँ प्यो का सहारा बनो जी तो परमात्मा सारे चढ़ती कर संडे गाने भी सुना दो फिर जरूर भीरे संडे ऐतवार ऐतवार संडे ऐतवार इंग्लिश सुना मैं चलो आउंदा याद ओ बीतिया वेला जो ओ लव चनन के सूली टंग जांदा निक्के हुंदिया ऐतवार दा चा हुंदा सी हुण ऐतवार भी टेंशना दे विच लंघ जांदा निक्के हुंदिया ऐतवार दा चा हुंदा सी हुण ऐतवार भी टेंशना दे विच लंघ जांदा सो थैंक यू लव देव ते सुख जी ਸਤਿਕਾਲ ਜੀ ਸੋ ਇਹ ਸੀ ਸਾਡੇ ਨਾਲ ਲਵ ਚੰਨਣ ਕੇ ਦੇਵ ਸੰਧੂ ਤੇ ਸੁਖ ਮਾਨ ਜੀ ਸੋ ਫਿਰ ਮਿਲਾਂਗੇ ਇਹ ਜੇ ਉੱਭਰਦੇ ਸਿਤਾਰੇ ਦੇ ਨਾਲ ਸਤਿ ਸ਼੍ਰੀ ਅਕਾਲ